ਜਿੱਥੇ ਚੱਸ ਆਉਣ ਲੱਗੀ ਤੂੰ ਬੰਦ ਕਰ ਦਿੱਤਾ ਯਾਰ। ਮੇਰੀ ਇਹ ਹੀਰੇ ਰਾਤੀ ਫ੍ਰਿਜ ਚੋਂ ਕਿੰਨੇ ਕੱਢੇ ਨੇ ਖੀਰੇ। ਤੂੰ ਮੇਰੀ ਹੀਰੇ ਤੇ ਮੈਂ ਤੇਰਾ ਮਿਰਜ਼ਾ, ਤੂੰ ਮੇਰੀ ਸੱਸੀ ਹੈ ਤੇ ਮੈਂ ਤੇਰਾ ਮਿਰਜ਼ਾ, ਤੂੰ ਮੇਰੀ ਸਹਿਬਾ ਹੈ ਤੇ ਮੈਂ ਤੇਰਾ ਮਿਰਜ਼ਾ। ਇੱਕ ਮਿੰਟ ਜੀ, ਇਹ ਹਰ ਗੱਲ 'ਚ ਮਿਰਜ਼ਾ ਕਿਉਂ? ਉਹ ਫੱਟੇ ਸਾਰੇ ਚੁੱਕਦੇ ਸਨ, ਫੜਿਆ ਮਿਰਜ਼ਾ ਗਿਆ ਸੀ। ਮੈਂ ਸਿਰਫ ਤੇਰੇ ਨਾਲ ਪਿਆਰ ਕਰਨਾ, ਜਿਹੜੀ ਪਿੰਡ 'ਚ ਕੁੜੀ ਮੇਰੇ ਨਾਲ ਪਿਆਰ ਕਰਦੀ ਮੈਂ ਉਹਨੂੰ ਛੱਡ ਦਿੱਤਾ। ਅੱਛਾ, ਉਹਨੂੰ ਮੈਂ ਇੱਕ ਦਿਨ ਮਿਲਣ ਗਿਆ, ਉਹਦਾ ਆਪਾਂ ਕਿਤੇ ਫਰੂਟ ਵੇਚਦਾ ਸੀ। ਅੱਛਾ ਫਿਰ? ਬਸ ਕੁੜੀ ਤੋਂ ਪਹਿਲੇ ਉਹਦੇ ਪਿਓ ਨੇ ਮੈਨੂੰ ਫੜ ਕੇ ਲੰਮਿਆਂ ਪਾ ਲਿਆ। ਅੱਛਾ ਫਿਰ? ਮੇਰੇ ਮੂੰਹ 'ਚ ਸੇਬ ਦੇ ਦਿੱਤਾ, ਮੇਰੇ ਕੰਨਾਂ 'ਚ ਲਗਾਠਾਂ, ਮੇਰੇ ਨੱਕ 'ਚ ਅੰਗੂਰ ਦੇ ਦਿੱਤੇ। ਅੱਛਾ, ਅੰਨੀ ਦਾ ਬਾਅਦ 'ਚੋਂ ਏਡਾ ਧੁਆਣਾ ਚੁੱਕੀ ਫਿਰੇ। ਮੈਂ ਕਿਹਾ ਚਾਚਾ ਜੀ ਇਹਦੀਆਂ ਫਾੜੀਆਂ ਕਰ ਲਓ, ਸਾਬਤ ਨਹੀਂ ਖਾਧਾ ਜਾਣਾ। ਮੈਂ ਸਿਰਫ ਤੇਰੇ ਨਾਲ ਪਿਆਰ ਕਰਨਾ, ਮੈਂ ਤੇਰੀ ਖਾਤਰ ਕੁਛ ਵੀ ਕਰ ਸਕਣਾ। ਕੀ ਕਰ ਸਕਣਾ? ਮੈਂ ਤੈਨੂੰ ਇੱਥੋਂ ਚੁੱਕ ਕੇ ਵਿਆਹ ਕਰਾ ਕੇ ਪਿੰਡ ਲੈ ਕੇ ਜਾਵਾਂਗਾ। ਪੱਕਾ? ਸ਼ਹਿਜ਼ਾਦੀਏ ਪਿੰਡ ਦੀਆਂ ਸੈਰਾਂ ਕਰਾਵਾਂਗਾ, ਪਿੰਡ ਦੇ ਸਾਗ, ਗੰਨੇ, ਮੱਝਾਂ, ਸੰਡੇ। ਇਹ ਸੰਡਾ ਕੀ? ਸੰਡਾ ਪਿੰਡ 'ਚ ਇਕੱਲਾ ਹੀ ਹੁੰਦਾ ਜੀ। ਕੀ ਕਰਦਾ? ਇਹ ਲੋਕਾਂ ਦੀਆਂ ਮੱਝਾਂ ਦੇ ਮਸਲੇ ਹੱਲ ਕਰਦਾ। ਹੀਰੇ ਮੈਨੂੰ ਬਚਾ ਲਾ। ਹੀਰੇ ਇਹ ਕੀ? ਅੱਜ ਤੇ ਕਲੀਨ ਸ਼ੇਵ ਕਰਾ ਕੇ ਆਇਆ ਚੌਧਰੀ ਅਸ਼ਰਫ। ਮੈਂ ਤੈਨੂੰ ਨਹੀਂ ਦੱਸਣਾ ਕੌਣ ਹੈਗੀ ਹੈ। ਕਿਉਂ ਨਹੀਂ ਦੱਸਣਾ? ਮੈਂ ਤੈਨੂੰ ਨਹੀਂ ਦੱਸਣਾ, ਇਹ ਮੇਰੀ ਆਉਣ ਵਾਲੀ ਸੋਚ ਹੈ, ਮੈਂ ਇਹਦੇ ਨਾਲ ਪਿਆਰ ਕਰਨਾ। ਤੇ ਮੈਂ ਕੌਣ ਆ ਜਿਹੜੀ ਦੁਲਹਨ ਬਣ ਕੇ ਮੈਂ ਪੇਟੇ 'ਚ ਬੈਠੀ ਆ ਤੇਰਾ ਇੰਤਜ਼ਾਰ ਕਰ ਰਹੀ ਹਾਂ ਕਿ ਮੇਰਾ ਦੁੱਲਾ ਆਏਗਾ। ਮੈਂ ਸਹੇਲੀਆਂ ਨੂੰ ਕਹਿ ਰਹੀ ਹਾਂ ਮੇਰਾ ਦੁੱਲਾ ਆਏਗਾ, ਦੁੱਲਾ ਦੇ ਤੇ ਇਸ਼ਕ ਛੁੱਕਿਆ ਘਰ ਆ ਜਿਹੜੀ ਮਾਈ। ਜਾਨੂ ਇਹ ਉਹ ਪਿੰਡ ਵਾਲੀ ਜਿਹੜੀ ਮੈਂ ਤੈਨੂੰ ਦੱਸਿਆ ਨਹੀਂ ਸੀ, ਇਹਨੂੰ ਠੀਕ ਕਰ। ਵੀ ਤੇਰਾ ਬਿਨਾ ਤਰਜੇ ਵੀ ਤੇਰਾ ਤੈਨੂੰ ਪਤਾ ਨੀ ਸਾਡਾ। ਨਹੀਂ ਪਤਾ ਤੈਨੂੰ ਸਾਡਾ। ਔਰ ਮੇਰੀਆਂ ਨਕਲਾਂ ਲਾਉਣਾ ਔਰ ਤੇਰੀਆਂ ਬਗਲਾਂ ਲਾਵਾਂ। ਔਰ ਮੈਂ ਜਵਾਨ ਧੀ ਦਾ ਪਿਓ ਵਾਂ। ਔਰ ਤੇ ਮੈਂ ਜਵਾਨ ਮਸ਼ੂਕ ਦਾ ਮੀਆਂ। ਮਾਸ਼ਾਅੱਲਾ ਇਹ ਕਿੱਕਰ ਤੋਂ ਡਿੱਗੀ ਸੀ? ਚਾਚਾ ਗੱਲ ਸੁਣ, ਤੇਰੀ ਉਮਰ ਦਾ ਕਰਨੀ ਵੀ ਲਿਆਸ ਹੈ, ਚੱਕ ਕੇ ਨਾ ਬੋਲ। ਨਹੀਂ ਚੁੱਪ ਕਰ, ਨਹੀਂ ਯਾਦ ਕਰਨਾ, ਲਟਕ ਕੇ ਹੁੰਠੇ ਲੈਣ ਵਾਲੀ ਏ। ਆ ਮੇਰੀ ਧੀ ਦਾ ਘਰ ਪਰਵਾਹ ਲੈਣਾ। ਓਏ ਓਏ, ਮੈਂ ਤੈਨੂੰ ਚੰਨ ਦੀ 14 ਤਰੀਕ ਦੱਸੀ ਸੀ। ਓਏ ਚਾਚਾ, ਤਰੀਕ ਤੂੰ ਆਪਣੀ ਮਰਜ਼ੀ ਨਾਲ ਦੱਸੀਏ, ਤਰੀਕ ਜਦੋਂ ਵੀ ਦੱਸੀਏ ਕੁੜੀ ਦੀ ਮਰਜ਼ੀ ਨਾਲ ਦੱਸੀ। ਮੇਰੇ ਜੱਗੂ ਬੱਗੂ ਸਾਰੇ ਆ ਜਾਓ। ਪਹਿਲਾ ਬੰਦਾ ਓ ਪੁੱਤਰਾ, ਤੇਰੇ ਕੋਲ ਪਜਾਮਾ ਵੀ ਇੱਕੋ ਹੀ ਹੈ। ਛਡਾਇਆ ਨੇ ਮੈਨੂੰ ਕਿ ਧੋਰੋਂ ਫੜ ਲਿਆ। ਛੱਡ ਛੱਡ, ਦੰਦੀ ਵੱਡਤੀ ਅੰਨੀ ਦੇ ਨਾਲ। ਓਏ ਤੂੰ ਸਾਡੀ ਭੈਣ ਨੂੰ ਛੱਡ ਕੇ ਮੰਮਾ ਦਾ ਫਾਨ ਨਾ ਛੱਡੀ ਜਵਾਨਾ ਜਾਣਾ। ਓਏ ਤੇ ਤੂੰ ਆਪਣੀ ਭੈਣ ਕਿਉਂ ਵੇਹਣੀ ਚਾਹੁੰਦਾ? ਉਹ ਮੇਰੀ ਰਜਾਈ ਚ ਵੜ ਜਾਂਦੀ ਹੈ।
ਔਰ ਮੇਰੀ ਗੱਲ ਸੁਣੋ ਮੁੰਡਿਆ, ਕੀ ਗੱਲ ਹੈ ਚਾਚਾ? ਓਏ ਪਿੰਡ 'ਚ ਤੂੰ ਮੈਨੂੰ ਬਿਸਤ ਕੀਤਾ, ਇਹ ਮੇਰਾ ਪੁੱਤਰ ਓਏ, ਇਹ ਤੇਰਾ ਉਹ ਪੁੱਤਰ ਹੈ ਜਿਹੜਾ ਤੈਨੂੰ ਰੂੜੀ ਤੋਂ ਲੱਭਾ? ਇਹ ਮੇਰਾ ਪੁੱਤਰ ਜਦੋਂ ਪੈਦਾ ਹੋਇਆ ਤੇ ਸਾਰੇ ਪਿੰਡ ਨੇ ਕਿਹਾ ਚੌਧਰੀ ਮਿਲੇਗਾ ਜ਼ੁਲਮ ਦਾ ਬਦਲਾ। ਹਾਂ ਓਏ ਪੁੱਤਰਾ, ਅਬਾ ਕਮ ਕਰ, ਤੂੰ ਆਰਡਰ ਲਾ। ਓ ਇਹਦੀਆਂ ਲੱਤਾਂ ਵੱਢ ਦੇ। ਇਹਦੀਆਂ ਲੱਤਾਂ ਨਹੀਂ ਮੈਂ ਵੱਢ ਸਕਦਾ। ਓ ਕਿਉਂ? ਸਾਡੀ ਭੈਣ ਰੋਜ਼ ਰੋਜ਼ ਤੋੜਦੀ ਏ ਤੇ ਕਿਵੇਂ ਇਹਨੂੰ ਫੜੇਗਾ? ਓ ਲੱਖ ਲੱਖ ਤੇਰੇ। ਆਹੋ ਅਬਾ ਸਹੀ ਕਹਿ ਰਿਹਾ। ਓ ਮੇਰਾ ਪੁੱਤਰ ਬੜਾ ਅਥਰਾ। ਓ ਕੀ ਗੱਲ ਏ ਅਬਾ? ਓਏ ਪੁੱਤਰਾ ਇਹਦੀਆਂ ਬਾਹਾਂ ਲਾ ਦੇ। ਓਏ ਤੂੰ ਇਹ ਜਿੰਨੇ ਸਾਡੀ ਭੈਣ ਦਾ ਘਰ ਬਰਬਾਦ ਕੀਤਾ। ਮੇਰੀਆਂ ਬਾਹਾਂ ਨਾ ਲਾਉਣਾ ਫਿਰ ਤੁਹਾਡੀ ਭੈਣ ਨੂੰ ਜੱਫੀ ਨਹੀਂ ਜੇ ਪੈਣੀ। ਤੂੰ ਨੀ ਲਾਉਂਦਾ ਤੈਨੂੰ ਮੌਤ ਪਈ। ਮੇਰਾ ਪੁੱਤਰ ਚਾਈਨਾ ਸਕੀਮ ਪੈਦਾ ਹੋਇਆ। ਓਏ ਪੁੱਤਰਾ ਅੱਜ ਦੀਆਂ ਅੱਖਾਂ ਕੱਢ ਦੇ। ਅੱਖਾਂ ਕੱਢਦਿਆਂ? ਅੱਖਾਂ ਕੱਢਦੇ ਤੇ ਵੇਖੇਗਾ ਕਿਵੇਂ? ਅੱਲਾ ਖੁਦਾਨਤ ਉਹ ਤੂੰ ਅੱਖਾਂ ਕੱਢ। ਓਏ ਉਹ ਮੇਰਾ ਪੁੱਤਰ ਤੇਰਾ ਐ ਉਹ ਮੇਰਾ ਨਾਮ ਦੱਸ ਬਾ। ਓਏ ਤੇਰਾ ਨਾਮ ਬਾਹੂਬਲੀ। ਬਾਹੂਬਲੀ ਆਦਰ ਨਾਮ ਬਾ। ਓਏ ਓਏ ਮੈਂ ਕਹਾਂ ਚਾਚਾ ਜੀ ਇਹਨਾਂ ਦੋਵਾਂ 'ਚ ਡਾਂਗ ਕਿਹੜੀ ਏ? ਮੇਰੀ ਭੈਣ ਨਾ ਵਿਆਹ ਕਰਕੇ ਉਹਨੂੰ ਫੁੱਲ ਫੜਾ ਦੇ। ਆ ਕਹਿ ਪੁੱਤਰਾ, ਕਹਿ ਪੁੱਤਰਾ, ਕਹਿ ਮੇਰੀ ਭੈਣ ਨਾ ਵਿਆਹ ਕਰਕੇ ਫੁੱਲ ਫੜਾ ਦੇ। ਫੁੱਲ ਫੁੱਲ ਪੁੱਤਰਾ ਇਹ ਤੇਰਾ ਪੜਵਈਆ ਇਹਨੂੰ ਡਾਂਗਾ ਮਾਰ ਮਾਰ ਕੇ ਜ਼ਮੀਨ ਤੇ ਤਹਿ ਚ ਪਹੁੰਚਾ ਦੇ। ਓਏ ਅੱਬਾ ਐ ਨਾ ਕਰ, ਜ਼ਮੀਨ ਚ ਤਹਿ ਨਾ ਪਹੁੰਚਾਈ ਤੇ ਲੋਕੀ ਜਾਣ ਕੇ ਸਾਲੇ ਪੜਵਈਆ ਕੋਈ। ਓਏ ਓਏ ਮੇਰੇ ਪੁੱਤਰ ਦੀ ਸਾਫਲ ਤਾਂ ਨਹੀਂ ਵੇਖਣ ਲੱਗਾ ਤਾਂ। ਓਏ ਓਏ ਤੁਸੀਂ ਸਾਰੇ ਗੱਲਾਂ ਕਰਦੇ ਆ, ਕੋਈ ਗੱਲ ਵੀ ਨਾ ਕਰਾਂ ਤੇ ਸਾਰੇ ਬੰਦੇ ਤਾੜੀਆਂ ਮਾਰ। ਹਾਏ ਅਸੀਂ ਨਹੀਂ ਮੰਨਦੇ। ਜਿਹੜਾ ਜਿਹੜਾ ਆਪਣੀ ਮਾਂ ਨਾਲ ਪਿਆਰ ਕਰਦਾ ਮਾਰੋ ਤਾੜੀ। ਵਾਹ ਜੀ ਵਾਹ। ਔਰ ਜਿਹੜਾ ਜਿਹੜਾ ਇਹਨਾਂ ਸਾਰਿਆਂ ਦੀ ਮਾਂ ਨਾਲ ਪਿਆਰ ਕਰਦਾ ਮਾਰੋ ਤਾੜੀ। ਚਾਚਾ ਜੀ ਸਾਰੇ ਭਰਾ ਨੇ ਨਾ ਇਸ ਵਜ੍ਹਾ। ਉਹ ਮੇਰਾ ਪੁੱਤਰ ਜਿਹੜਾ ਆਫਰ ਤੇ ਖਲੋਤਾ ਉਹ ਜਿਹੜਾ ਉਹ ਕੀ ਏ? ਉਹਦਾ ਨਾਂ ਏ ਸ਼ੇਹੂਪੁਰੇ ਦਾ ਬਾਹੂਬਲੀ। ਬਾਹੂਬਲੀ ਅੱਬਾ ਆਡਰ ਨਹੀਂ। ਓਏ ਉਹਨਾਂ ਦਾ ਮਾਇਕ ਨਾ ਤੋੜ ਦੇ। ਓਏ ਬਾਲੂ ਇਹ ਸੂਟ ਤੇ ਆਪਣੇ ਘਰ ਚ ਹੈ ਨਹੀਂ ਸੀ ਕਿੰਦਾ ਚੋਰੀ ਚੋਕੇ ਪਾਇਆ ਹੀ। ਅੱਬਾ ਸੀ ਤੇਰੇ ਆਡਰ ਦਾ ਇੰਤਜ਼ਾਰ ਕਰਦੇ ਪਏ। ਹਾਂਜੀ ਅੱਬਾ ਲਾਗਾ। ਓਏ ਪੁੱਤਰਾ ਆ ਚਾਚਾ। ਓਏ ਮੇਰੀ ਧੀ ਨਾਲ ਵਿਆਹ ਕਰ ਲੈ, ਪੱਗ ਤੇਰੇ ਮੈਂ ਕਦਮਾਂ 'ਚ ਰੱਖ ਲਾ ਪੁੱਤਰਾ। ਮੇਰੀ ਧੀ ਨਾਲ ਵਿਆਹ ਕਰ ਲਾ। ਉਹ ਤੇ ਵਿਚਾਰਾ ਮਜਬੂਰ ਹੋ ਗਿਆ, ਤੂੰ ਮੈਨੂੰ ਮਾਫ ਕਰ ਦੇ ਚਾਚਾ। ਤੂੰ ਮੇਰੀਆਂ ਅੱਖਾਂ ਖੋਲ ਚੁੱਕ ਪਾ। ਸ਼ਹਿਜ਼ਾਦੀਏ ਮੇਰਾ ਚਾਚਾ ਸੀ ਤੇ ਮੇਰੇ ਚਾਚੇ ਦੀ ਕੁੜੀ ਸੀ, ਮੈਂ ਤੇਰੀ ਖਾਤਰ ਆਪਣੀ ਮੰਗ ਤੇ ਆਪਣੇ ਰਿਸ਼ਤੇਦਾਰ ਛੱਡਦੇ ਨੇ, ਤੂੰ ਮੇਰੀਆਂ ਗੱਲਾਂ ਕਿਉਂ ਨਹੀਂ ਮੰਨਦੀ? ਸਾਰੀਆਂ ਨੇ ਮੰਨੀਆਂ। ਤੇ ਤੂੰ ਉਹ ਗੱਲ ਕਿਉਂ ਨਹੀਂ ਮੰਨਦੀ ਜਿਹਦੇ 'ਚ ਕਹਿੰਦੀ ਸਾਂ ਮੇਰਾ ਦਿਲ ਖਰਾਬ ਹੁੰਦਾ ਹੈ? ਉਹ ਕਿਹੜੀ ਹੈ? ਬੋਲ ਕੀ ਹੈ? ਤੈਨੂੰ ਕਿਹਾ ਸੀ ਕੱਚੀਆਂ ਅੰਬੀਆਂ ਕੱਟ, ਤੂੰ ਕਿਹਾ ਮੈਂ ਨਹੀਂ ਖਾਣੀਆਂ। ਹਾਏ ਮੇਰਾ ਰਾਂਝਾ, ਮੇਰਾ ਸੋਹਣਾ,
ਆਜਾ ਬਸ ਤੂੰ ਆਪਾਂ ਬਸ ਹੁਣ ਇੱਕ ਤੇ ਮੈਂ ਇਹਨਾਂ ਸਾਹਿਬ ਹੋਣਾ ਤੋਂ ਬੜਾ ਤੰਗ ਆ ਬੜੇ ਪਰੇਸ਼ਾਨ ਆ ਇਹ ਸਾਰੇ ਸਾਹਿਬ ਚੋਂ ਵੀ ਕਹਿੰਦੇ ਸਾਡੇ ਕੋਲ ਇੰਨਾ ਕੰਮ ਕਰਾਉਂਦੇ ਉਹਨਾਂ ਦੀਆਂ ਬੁੱਢੀਆਂ ਤੋਂ ਤੰਗ ਅਸੀਂ ਉਹਨਾਂ ਤੋਂ ਤੰਗ ਆ ਸਾਨੂੰ ਇਹ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਬਸ ਅੱਜ ਆਪਾਂ ਪਾਣੀ ਆ ਲੈਂਦੇ ਸਿਰਫ ਤੂੰ ਗਰਮ ਰੱਖਣਾ ਠੀਕ ਹੈ ਠੀਕ ਹੈ ਆਂਡੇ ਆਪਾਂ ਲੈ ਕੇ ਆਵਾਂਗੇ ਬਸ ਆਪਾਂ ਵਿਆਹ ਕਰਾ ਕੇ ਸਿੱਧੇ ਹੀ ਪਿੰਡ ਹਾਂ ਠੀਕ ਹੈ ਠੀਕ ਹੈ ਬਸ ਦੁਆ ਕਰ ਇਹਨਾਂ ਮਾਲਕਾਂ ਦਾ ਦੀ ਮਹਿਮਾ ਮੇਰੇ ਮਾਲਕ ਕੀ ਟਾਈਮ ਹੋ ਗਿਆ ਕਾਕਾ ਸਿਰਫ ਇਹਨਾਂ ਦਾ ਤੇ ਟਾਈਮ ਕੀ ਹੋ ਗਿਆ ਏ ਤੇ ਸਾਹਿਬ ਜੀ ਤੁਸੀਂ ਕਰੋੜਾਪਤੀ ਕਮਰੇ 'ਚ ਕਲਾਕ ਨਹੀਂ ਲਵਾਇਆ ਕਲਾਕ ਲਵਾਇਆ ਬਾਬੇ ਬਾ ਅੱਖਾਂ ਬੰਦ ਕਰ ਰਿਹਾ ਖੋਲੇ ਇਸ ਘਰ 'ਚ ਤੂੰ ਕੌਣ ਏ ਮੈਂ ਇਸ ਘਰ ਦਾ ਨੌਕਰ ਆ ਜੀ ਇਹ ਕੌਣ ਏ ਨੌਕਰਾਣੀ ਮੈਂ ਮਾਲਕ ਜੀ ਸਾਹਿਬ ਉਹ ਮੇਰੇ ਕੰਮ ਕਿਹਨੇ ਕਰਨੇ ਨੇ ਤੁਹਾਡੀ ਬੀਵੀ ਦੀ ਬੇਗਮ ਨੇ ਘੰਟੇ ਦਾ ਤੁਹਾਨੂੰ ਆਖਿਆ ਕਿ ਮੇਰੇ ਕਮਰੇ ਚਾਹ ਭੇਜੋ ਮੇਰੀ ਬੇਗਮ ਨੂੰ ਚਾਹ ਕਿਹਨੇ ਦੇਣੀ ਏ ਕਿਹਨੇ ਦੇਣੀ ਏ ਹਾਂਜੀ ਚਾਹ ਕਿਹਨੇ ਦੇਣੀ ਸਾਹਿਬ ਜੀ ਕਿਹਨੇ ਦੇਣੀ ਏ ਅੰਨੀ ਗਿਆ ਬੱਚਿਆ ਮਾਰਾਂ ਕਿਤੇ ਚਪੇੜ ਓਏ ਉਹਨੂੰ ਚਾਹ ਨਹੀਂ ਦਿਓਗੇ ਮੇਰੇ ਨਾਲ ਲੜੇਗੀ ਨਵਾਂ ਸਿਆਪਾ ਪਾਏਗਾ ਕਿਹਨੇ ਦੇਣੀ ਚਾਹ ਸਾਹਿਬ ਜੀ ਅਸਾਂ ਦੇਣੀ ਏ ਸਾਹਿਬ ਜੀ ਦੁੱਧ ਨਹੀਂ ਹੈ ਮੈਂ ਇੰਨਾ ਨਹੀਂ ਹੈਗਾ ਹਾਂਜੀ ਕਹਿੰਦੇ ਦੁੱਧ ਨਹੀਂ ਹੈਗਾ ਦੁੱਧ ਨਹੀਂ ਹੈਗਾ ਸਾਹਿਬ ਜੀ ਜਿਹੜੇ ਤੁਸੀਂ ਉਹ ਡੱਬੇ ਲਿਆਂਦੇ ਸੀ ਅਸੀਂ ਚਾਹ ਬਣਾ ਕੇ ਪੀ ਲਈ ਸਾਹਿਬ ਜੀ ਉਹਨਾਂ ਡੱਬਿਆਂ ਦਾ ਮੈਂ ਜ਼ਿਕਰ ਹੀ ਨਹੀਂ ਕੀਤਾ ਹਜੇ ਜੇ ਡੱਬੇ ਮੈਂ ਲਿਆਂਦੇ ਸੀ ਮੈਂ ਕਿਹਾ ਜਿਹੜੇ ਫ੍ਰਿਜ 'ਚ ਉੱਪਰਲੇ ਖਾਨੇ 'ਚ ਕੌਲੇ ਰੱਖੇ ਨੇ ਦੋ ਜੀ ਸਰ ਉਹ ਕੱਢੋ ਕੌਲੇ ਠੰਡੇ ਹੋ ਕੇ ਜੰਮ ਗਏ ਨੇ ਸਾਹਿਬ ਜੀ ਉਹਨਾਂ ਨੂੰ ਗਰਮ ਕਰੋ ਚਾਹ ਬਣਾਓ ਬੇਗਮ ਤੋਂ ਕਿਉਂ ਮੈਨੂੰ ਮਾਰ ਪਾਉਣੀ ਛਿੱਤਰ ਪਾਉਣੇ ਆ ਸਾਹਿਬ ਜੀ ਤੁਸੀਂ ਕਦੜੀ ਜੂ ਤੇ ਮੇਕਅਪ ਕਰਕੇ ਲੱਗੀ ਬੈਠੀ ਹੈ ਬੇੜਾ ਤਰਦੇ ਵੱਖਰੀ ਹੀਰ ਬਣੀ ਹੈ ਮੇਰਾ ਰਾਂਝੇ ਨੇ ਇੱਥੇ ਇਸ ਤੋਂ ਹਾਂਜੀ ਮੇਰਾ ਰਾਂਝੇ ਨੇ ਇੱਥੇ ਇਸ ਤੋਂ ਤੇਰਾ ਰਾਂਝੇ ਨੇ ਇੱਥੇ ਇਸ ਤੋਂ ਤੂੰ ਹੀਰ ਬਣੀ ਹੈ ਜੇ ਰਾਂਝੇ ਦੀ ਬਜਾਏ ਇੱਥੇ ਤੈਨੂੰ ਕੋਈ ਮਿਰਜ਼ਾ ਮਿਲ ਗਿਆ ਨਾ ਤੈਨੂੰ ਪਤਾ ਜਾਣਾ ਲੱਗ ਬੇੜਾ ਤਰਦੇ ਨੌ ਨੌ ਮੋਰੀਆਂ ਕਰਾਈਆਂ ਕੰਨਾਂ ਦੇ ਵਿੱਚ ਜਦ ਦਫਾਉਣ ਤੇ ਜਾ ਕੇ ਚਾਹ ਬਣਾ ਕੇ ਲਿਆ ਤੁਸੀਂ ਵੀ ਤੁਹਾਡੀ ਬੇਗਮ ਤੋਂ ਤੁਸੀਂ ਜ਼ਲੀਲ ਹੁੰਦੇ ਹੋ ਤੇ ਤੁਸੀਂ ਅੱਗੋਂ ਨੌਕਰਾਂ ਨੂੰ ਕਰਦੇ ਹੋ ਆਉਂਦੀਆਂ ਸਾਲੀਆਂ ਇੰਜੀਆਂ ਜਿਵੇਂ ਉਹ ਕਾੜੇ ਜਲਸੇ ਤੇ ਆਈਆਂ ਤੇ 5 ਮਿੰਟ ਬਾਅਦ ਇੱਥੇ ਦੇਖ ਰਹੇ ਸੀ ਭਰਾਓ ਤਾੜੀਆਂ ਮਾਰੋ ਆਪਣੀ ਬੁੱਢੀ ਦੀ ਗੱਲ ਦੱਸ ਰਿਹਾ ਹੈ ਬੁੱਢੀ ਏ ਬੀਵੀ ਆ ਸਾਲ ਦੀ ਜਵਾਨ ਹੈ ਬੁੱਢੀ ਸਾਡੀ ਆਪਕੀ ਬੀਵੀ ਹੈ ਪਿਆਲੀਆਂ ਦੇ ਵਿੱਚ ਛਾੜ ਦੇ ਥੱਲੇ ਵਾਹ ਬਈ ਵਾਹ ਜੀ ਜਾਨ ਕੀ ਹੋਇਆ ਕੀ ਬਾਤ ਹੈ ਕੀ ਇਤਰਾਜ਼ ਹੈ ਕਿਉਂ ਆਈ ਆਪ ਜੀ ਮੈਨੂੰ ਬਹੁਤ ਜ਼ਿਆਦਾ ਇਤਰਾਜ਼ ਹੈ ਕਹਾਂ ਪੇ ਗਾਇਬ ਹੋ ਗਏ ਥੇ ਆਪ ਮੈਂ ਆਪਕੇ ਕਾਮ ਕਰ ਰਹਾ ਹੂੰ ਆਪਕੇ ਕਾਮ ਕਰ ਰਹਾ ਹੂੰ ਆਪਕੋ ਨਹੀਂ ਪਤਾ ਸਭਸੇ ਪਹਿਲੇ ਉੱਠ ਕੇ ਮੈਂ ਕੀ ਕਾਮ ਕਰਤੀ ਹੂੰ ਪਤਾ ਨਹੀਂ ਕਿਉਂ ਉੱਠਦੀ ਆ ਮੈਂ ਤਾਂ ਉਹਨਾਂ ਬੇਹੋਸ਼ ਹੋਇਆ ਹੁੰਨਾ ਮੈਨੂੰ ਹੋਸ਼ ਨਹੀਂ ਹੁੰਦੀ ਮੈਂ ਤਾਂ ਤਾਂ ਮਰਿਆ ਹੁੰਨਾ ਮੈਨੂੰ ਕੀ ਪਤਾ ਉੱਠ ਕੇ ਪਹਿਲੇ ਕੀ ਦੱਸ ਮੇਰੀ ਬੇਗਮ ਸਭ ਤੋਂ ਉੱਠ ਕੇ ਪਹਿਲੇ ਕਿਹੜਾ ਕੰਮ ਕਰਦੀ ਸਭ ਤੋਂ ਪਹਿਲੇ ਉੱਠ ਕੇ ਉਹ ਆਪਣੇ ਘਰ ਜਾਂਦੀ ਆ ਤੇਰੀ ਮਾਂ ਦਾ ਘਰ ਹੈ ਇਹ ਇਨਕੇ ਸਸੁਰਾਲ ਦਾ ਘਰ ਹੈ ਨਾ ਸਾਹਿਬ ਇਹ ਮੇਰਾ ਘਰ ਇਹਦਾ ਘਰ ਹੈ ਜੀ ਸਾਹਿਬ ਜੀ ਬੀਬੀ ਜੀ ਕੀ ਕਰਦੇ ਹੋ ਜਾਨੂ ਆਪਕੋ ਨਹੀਂ ਪਤਾ ਮੈਂ ਕੀ ਕਰਦੀ ਹਾਂ ਬਾਹਰ ਹੀ ਠੀਕ ਹੈ ਜੀ ਮੇਰੀ ਜਾਨ ਬਾਹਰ ਬਿਲਕੁਲ ਗਿੱਲੇ ਨੇ ਮੇਰੀ ਬੇਗਮ ਦੇ ਅੱਛਾ ਜੀ ਆ ਮੈਂ ਤਾਂ ਬਾਹਰ ਸੀ ਅੰਦਰੋਂ ਕਿਤੇ ਦਿਹਾੜੀ ਲਾਈ ਇਹਨੇ ਮੈਂ ਤੁਹਾਨੂੰ ਕਿਹਾ ਸੀ ਨਾ ਸਾਨੂੰ ਕੋਈ ਵੇਖ ਰਿਹਾ ਹੈ ਪੁੱਤਰ ਤੈਨੂੰ ਚੌਕੀਦਾਰ ਬਹੁਤ ਵੇਖਦਾ ਕੀ ਚਾਹੀਦਾ ਜਾਨ ਆਪਕੋ ਨਹੀਂ ਪਤਾ ਮੈਂ ਉੱਠ ਕੇ ਸਭ ਤੋਂ ਪਹਿਲੇ ਕੀ ਕੰਮ ਕਰਦੀ ਹੂੰ ਚਾਹ ਪੀਂਦੇ ਹੋ ਤੁਸੀਂ ਹਾਂ ਤੂੰ ਚਾਹ ਕਹਾਂ ਹੈ ਤੇ ਆਪ ਬਣਾ ਲਾ ਚਾਹ ਤੂੰ ਤੇਰਾ ਤਾਂ ਤੈਨੂੰ ਚਾਹ ਨਹੀਂ ਬਣਾਉਣੀ ਹੁੰਦੀ ਮੇਰੇ ਕਿਉਂ ਚਮੜੇ ਥੱਲੇ ਲਾ ਕੇ ਲੈ ਮੇਰੇ ਥੱਲੇ ਬੈ ਜੀ ਮੇਰੀ ਜਾਨ ਸਾਹਿਬ ਜੀ ਥੱਲੇ ਰਵੋ ਥੱਲਿਓਂ ਜ਼ੋਰ ਨਹੀਂ ਲੱਗਦਾ ਤੈਨੂੰ ਕਿਸੇ ਨੇ ਗਲਤ ਦੱਸਿਆ ਉਹ ਚਮੜਾ ਥੱਲਿਓਂ ਜ਼ਿਆਦਾ ਜ਼ੋਰ ਲੱਗਦਾ ਹੀ ਕਿਉਂ ਬਈ ਉਹੀ ਗੱਲ ਹੋਈ ਨਾ ਚਵਲ ਜਿਆ ਨਾ ਬੀਬੀ ਜੀ ਦੇਖੋ ਕਿਵੇਂ ਸਾਡੇ ਤੇ ਰੋ ਪਾ ਰਹੇ ਤੁਹਾਨੂੰ ਪਤਾ ਜਦੋਂ ਤੁਸੀਂ ਅੰਦਰ ਸੋ ਕੀ ਕੀ ਕਹਿ ਰਹੇ ਸਨ ਕੀ ਕਹਿ ਰਹੇ ਸੀ
ਸਾਹਿਬ ਜੀ ਕਹਿ ਰਹੇ ਸਨ ਮੈਂ ਆਪਣੀ ਬੀਵੀ ਕੋ ਨਹੀਂ ਡਰਦਾ। ਅੱਛਾ ਇੱਥੇ ਮੈਂ ਨਵੀਂ ਬੀਵੀ ਲਿਆ ਕੇ ਰੱਖਾਂਗਾ ਤੇ ਸਭ ਕਹਿ ਰਹੇ ਆ ਇੱਥੇ ਨਵੀਂ ਬੀਵੀ ਇਹਦੇ ਘਰੋਂ ਲੈ ਕੇ ਆਵਾਂਗਾ ਚੰਗਾ ਜਿਹਾ। ਹਾਂ ਉਹ ਤੁਸੀਂ ਦੇਖੋ ਨਾ ਪਿਓ ਸਾਰਾ ਨਾਰਾਜ਼ ਹੋ ਗਿਆ 5 ਸਾਲ ਹੋ ਗਏ ਤੇਰੇ ਮੇਰੇ ਵਿਆਹ ਨੂੰ ਕੋਈ ਕਾਰਗਤ ਕੀ ਦਿਖਾਓ। ਮੈਂ ਵਿਖਾਣੀ ਤੁਸੀਂ ਵਿਖਾਣੀ ਹੈ ਬੱਚਾ ਨਹੀਂ ਪੈਦਾ ਕਰਦੇ। ਮੈਂ ਪੈਦਾ ਕਰਨਾ ਤੁਹਾਡੇ ਚ ਬੜੇ ਨੁਕਸ ਨੇ ਮੱਲੇ ਪੂਰੇ ਚ ਨੁਕਸ ਹੈ ਹੁਣ ਖੁਸਰੇ ਨੂੰ ਕਹਿ ਬੈਠਾ ਵੀ
ਸ਼ੇਵ ਤੇ ਕਰਾ ਲੈਣੀ ਸੀ। ਹਾਂ ਉਹ ਕਹਿੰਦਾ ਕੋਈ ਗੱਲ ਨਹੀਂ, ਕਿਹੜੇ ਗੈਰਾਂ ਚ ਆਏ। ਮੈਨੂੰ ਤਾਂ ਦੂਸਰੀ ਗੱਲ ਫਿਰ ਆਈ ਨੀ। ਆਪਣੇ ਚੌਧਰੀ ਸਾਹਿਬ ਉਹ ਮੇਰੇ ਡਿੱਗੇ ਤੇ ਦਸਾਂ ਦਸਾਂ ਨੋਟ ਸੁੱਟਦਾ ਰਿਹਾ। ਉਹ ਸਮਝਦਾ ਰਿਹਾ ਫਿਰ ਨਾ ਕਿ ਮੈਂ ਐਟਮ ਕਰਨ ਡਿਆ। ਮੇਰੀ ਝੋਂਪੜੀ ਕੇ ਪੀਛੇ ਇਹੋ ਹੀ ਕਹੀ ਜਾਵੇ। ਅੱਕ ਕੇ ਫਿਰ ਮੁੜ ਕੇ ਕਿਹਾ ਭਾਈ ਤੂੰ ਐਵੇਂ ਰੋਈ ਜਾਂਦਾ, ਰੋਵੇ ਤੇ ਮਹਿਲ ਵਾਲਾ ਜਿਹਦਾ ਫਰੰਟ ਮਾਰਿਆ ਗਿਆ। ਭੈੜਾ ਵਕਤ ਉੱਤਰ ਭੈੜੇ ਵਕਤ ਦਾ ਮੇਰਾ ਦੋਸਤ ਹੈ। ਉਮਰ ਕੁਲ ਦੁਬਾਰਾ ਆ ਗਏ। ਉਮਰ ਕੁਲ ਹਾਂਜੀ, ਆਈ ਐਮ ਰਿਚ ਰਿਚਰਡਸਨ। ਨਹੀਂ ਨਹੀਂ ਸਹੀ ਤਾਰ, ਸਹੀ ਤਾਰ ਕਰਾਓ ਨਾ ਜੀ, ਸਹੀ ਤਾਰ। ਸਾਹਿਬ ਜੀ ਕਿਆ ਤਾਰਫ ਕਿਆ ਹੈ? ਵੇਖੋ ਨਾ ਜੀ, ਉਹ ਉਮਰ ਕੁਲ ਹਾਂਜੀ, ਇੱਧਰ ਵੇਖ 32 ਗੁਲ। ਸਾਹਿਬ ਜੀ ਤੁਹਾਡੇ ਵਿਆਹ ਤੇ ਤੁਹਾਡੇ ਸ਼ਰੀਕ ਲੱਗਣੇ ਕੀ ਹੋਇਆ? ਤੁਸੀਂ ਮੰਨਿਆ ਹੀ ਨੀ ਬਈ ਜਦੋਂ ਸਲਾਮੀਆਂ ਪੈਣੀਆਂ ਸ਼ੁਰੂ ਹੋਈਆਂ ਭਾਜੀ। ਅੱਛਾ, ਬਈ 15-20 ਬੰਦੇ ਨੇ ਸਲਾਮੀਆਂ ਪਾਈਆਂ ਨੇ। ਅੱਛਾ ਸਾਹਿਬ ਜੀ, ਬਾਕੀ ਸਾਰੇ ਲਾਂਤਾਂ ਪਾ ਕੇ ਗਏ ਨੇ ਯਾਰ। ਉਹ ਕਿਉਂ? ਅਮ ਸ਼ਰੀਕ ਹੈ, ਸ਼ਰੀਕ ਹੈ। ਸਾਹਿਬ ਜੀ ਇਹ ਤਾਂ ਬੜੇ ਅੱਛੇ, ਮੈਂ ਜਾਣਤਾ ਹਾਂ ਆਪਕੇ ਦੋਸਤ ਕੋ। ਇਹ ਤੇ ਕਬਰ ਤੇ ਪਾਣੀ ਤਰਾਉ ਕਰੇ। ਮੈਂ ਕਿਹਾ ਜੀ ਨਾਲ ਦੀ ਤੇ ਵੀ ਤਰਾਉ ਕੋ, ਕਹਿੰਦਾ ਉਹਨੇ ਅਜੇ ਸਾਬਣ ਲਾਇਆ। ਤੁਮ ਠਹਿਰੇ ਗਰੀਬ ਲੋਕ ਜੀ, ਗਰੀਬ ਹੋ, ਔਰ ਹਮ ਠਹਿਰੇ ਮਾਲਕ ਲੋਕ ਹੈ। ਐਸੇ ਸ਼ਿਕਾਰੀ ਹੋਏ ਨੇ ਮਲਕ ਸਾਹਿਬ। ਗਰੀਬ ਯਾਦ ਹੈ ਜਦੋਂ ਸਾਊਥ ਅਫਰੀਕਾ ਤੁਸੀਂ ਤੇ ਮੈਂ ਗਏ ਆ ਤੇ ਸ਼ੇਰ ਸਾਹਮਣੇ ਤੁਹਾਡੇ ਆਇਆ। ਓਏ ਹੋਏ ਹੋਏ, ਸ਼ੇਰ ਨੇ ਮੂੰਹ ਖੋਲਿਆ, ਹਾਏ ਮੈਂ ਸ਼ੇਰ ਦੇ ਮੂੰਹ 'ਚ ਬਾਹ ਦਿੱਤੀ, ਫਿਰ ਸ਼ੇਰ ਥੁੱਕਦਾ ਫਿਰੇ ਐ, ਉਹਨੂੰ ਸਮਝ ਨਾ ਆਵੇ ਕਿਹੜਾ ਗੋਸ਼ਤ ਗਿਆ। ਬੜਾ ਬੋਲ ਪੁੱਛਦਾ ਰਿਹਾ ਕਿਹੜਾ, ਮੈਂ ਹਾਂ ਗੂਗਲ ਤੋਂ ਲੱਭੇ ਕਿਹੜਾ ਗੋਸ਼ਤ ਹੈ। ਜਦੋਂ ਸਿੰਗਾਪੁਰ ਗਏ ਯਾਰ, ਸਿੰਗਾਪੁਰ ਮੈਨੂੰ ਕਹਿੰਦੇ ਫੁੱਟ ਮਸਾਜ ਕਰਾਉਣੀ। ਅੱਛਾ, ਔਰ ਮੈਂ ਕਿਹਾ ਮਲਕ ਸਾਹਿਬ 1.5 ਫੁੱਟ ਮਸਾਜ ਕਰਾਓ। ਇਹ ਲੰਮੇ ਪੈ ਗਏ, ਉਹਨਾਂ ਨੇ ਇਹਨਾਂ ਦੀ ਅੱਖਾਂ ਦੇ ਖੀਰੇ ਜੇ ਰੱਖ ਦਿੱਤੇ। ਅੱਛਾ ਜੀ, ਮੈਂ 5 ਮਿੰਟਾਂ ਬਾਅਦ ਵੇਖਿਆ ਤੇ ਫੀਨੀਆਂ 6-7 ਔਰਤਾਂ। ਅੱਛਾ ਜੀ, ਹੱਥਾਂ 'ਚ ਰੇਗ ਮਾਰ ਫੜਿਆ, ਨਾਲ ਮਿੱਟੀ ਦਾ ਤੇਲ ਫੜਿਆ, ਇਹਦੇ ਆਲੇ ਦੁਆਲੇ ਫਿਰ ਇੰਡੀਆਂ ਸਨ। ਅੱਛਾ ਜੀ, ਉਹ ਮੈਂ ਕਿਹਾ ਬੀਬੀ ਕੀ ਕਰਨ ਲੱਗੀਆਂ? ਕਹਿੰਦੇ ਪਹਿਲਾਂ ਸੰਗ ਉਤਰੇਗਾ ਤੇ ਨਵਾਂ ਰੰਗ ਹੋਏਗਾ ਨਾ। ਉਹ ਮੈਂ ਖਾਨਾ ਖਰਾਬ ਦੇ ਪੁੱਤਰੋ ਮੇਰਾ ਯਾਰ ਏ। ਉਹ ਕੌਣ ਹੁੰਦੇ?
ਇਸ ਪੁੱਤਰ ਨੇ ਤੇ ਇਸ ਘਰ ਦਾ ਮਾਲਕ ਕੌਣ? ਤੁਸੀਂ ਹੋ। ਇਹ ਘਰ ਮੈਂ ਮਿਹਨਤਾਂ ਨਾਲ ਬਣਾਇਆ, ਮਿਹਨਤਾਂ ਨਾਲ ਜੀ ਸਾਹਿਬ ਜੀ। ਇਹ ਮੇਰੇ ਦੋਸਤ ਨੇ ਮੇਰੇ ਤੇ ਬੜੇ ਆਸਾਨ ਆ ਤੇਰੇ ਪੁੱਤਰ ਜੀ ਕਿਵੇਂ? ਉਹਨੇ ਵੀ ਸਾਡਾ ਕਿਹੜਾ ਆਸਾਨ ਨਹੀਂ। ਮੈਂ ਕਹਿੰਦਾ ਮੈਂ ਬੜਾ ਗਰੀਬ ਹੁੰਦਾ ਸਾਂ। ਅੱਛਾ, ਅਗਰ ਮੇਰਾ ਦੋਸਤ ਮੇਰਾ ਸਾਥ ਦਿੱਤਾ ਹੁੰਦਾ ਅੱਜ ਬਿਲਡਿੰਗ ਨਾਲ ਖੜੀ ਹੁੰਦੀ। ਅੱਛਾ ਜੀ, ਮੈਂ ਮਦਾਰੀ ਬਣਨਾ ਹੁੰਦਾ ਸਾਂ। ਅੱਛਾ, ਇਹ ਮੈਨੂੰ ਰਿਛ ਬਣ ਕੇ ਜਾਂਦਾ ਹੁੰਦਾ ਸੀ। ਹਾਂ ਘੁੰਮਣ ਸਾਹਿਬ ਹੁਣ ਕਸਮ ਚੁੱਕ ਲਈ ਨਲਕੇ ਤੇ ਹੱਥ ਰੱਖ ਕੇ ਨਹਾਵਾਂ ਤੇ ਫੁੜਕ ਜਾਵਾਂ। ਮੈਂ ਖਰਚਾ ਹੀ ਬੰਦ ਕਰ ਦਿਆਂਗਾ ਜਿਨ੍ਹਾਂ ਨੇ ਤੁਹਾਨੂੰ ਇਹ ਤਰੀਕ ਨਹੀਂ ਦੱਸੀ ਕਿ ਪਿਓ ਦੀ ਇੱਜ਼ਤ ਕਰਨੀ ਹੈ ਪਹਿਲੇ ਪੁੱਤਰਾਂ ਦੀ ਕਰਨੀ। ਸੁਣ ਲਓ, ਅੱਜ ਤੋਂ ਮੇਰੇ ਕੰਮ ਅੰਦਰ ਚਲੋ ਮੇਰੇ। ਹਾਂ ਜੀ ਘੁੰਮਣ ਸਾਹਿਬ, ਮੈਂ ਕਹਿੰਦਾ ਅੰਦਰ ਚਲੋ, ਤੁਸੀਂ ਆਏ ਹੋ ਸੋਭੀ, ਅੰਦਰ ਜਾਲਾ ਲੱਗਿਆ ਉਹ ਰੱਖਾ ਲਓ। ਆਓ ਜ਼ਰਾ ਵਿੱਚ ਗੁੜ ਪਾ ਕੇ ਸਾਹਿਬ ਕੇ ਕੰਮ ਕਰਨੇ ਤੁਮਨੇ ਜੀ ਸਾਹਿਬ ਜੀ। ਸਾਹਿਬ ਜੀ ਸਹੀ ਕਹਿ ਰਹੇ, ਤਨਖਾਹ ਤੇ ਸਾਨੂੰ ਇਹ ਸਾਹਿਬ ਜੀ ਦਿੰਦੇ ਨੇ। ਉਹ ਦੋਵੇਂ ਸਾਹਿਬ ਉਹਨਾਂ ਦੀਆਂ ਬੁੱਢੀਆਂ ਲਹਿਦਾ ਹੀ ਰੋ ਪਾਉਂਦੀਆਂ ਨੇ। ਮੈਂ ਵੀ ਜਾਣ ਕੇ, ਅਸੀਂ ਅੱਜ ਤੋਂ ਬਾਅਦ ਕਰਨੇ ਹੀ ਨਹੀਂ। ਚਲੋ ਵੀ ਜਿਹਨੂੰ ਜਿਹਨੂੰ ਆਰਾਮ ਆਈ ਜਾਂਦਾ ਨਿਕਲਦੇ ਜਾਓ, ਟਾਈਮ ਥੋੜਾ। ਸਾਹਮਣੇ ਬੀਬੀ ਜੀ ਕੀ ਕਰ ਰਹੇ ਹੋ ਤੁਸੀਂ ਇੱਥੇ ਖੜੇ? ਦੇਖੇ ਬੀਬੀ ਜੀ ਕਿਤਨੀ ਪਿਆਰੀ ਹੈ, ਮਾਡਲ ਹੈ। ਬੀਬੀ ਜੀ ਆਪ ਸੁਬਹ ਸੁਬਹ ਕਹਾਂ ਸੇ ਹੈ? ਐਕਸਰਸਾਈਜ਼ ਕਰਕੇ। ਬੀਬੀ ਜੀ ਆਪ ਪਾਰਕ ਕੇ ਹੋ ਤੇ ਐਕਸਰਸਾਈਜ਼ ਕਰ ਲੈ। ਬੀਬੀ ਜੀ ਮੈਂ ਵੀ ਸਮਾਰਟ ਹੋ ਸਕਦਾ। ਇਹਨੂੰ ਅੰਦਰ ਕਰ। ਏ ਕੀ ਕਰਾਂ? ਇਹਨੂੰ ਅੰਦਰ ਕਰ। ਉਹ ਕਹਿ ਰਹੇ ਨੇ ਅੰਦਰ ਕਰ, ਤੋ ਇਹ ਕਿਵੇਂ ਜਾਏਗਾ ਬੀਬੀ ਜੀ? ਸੋਹਣੀਆਂ ਅੱਖਾਂ ਵਾਲੀ ਏ, ਮੈਂ ਰਹਿ ਗਿਆ ਤੇਰੇ ਤੇ, ਫੇਰ ਉਹ ਪੈ ਗਈ ਮੇਰੇ ਤੇ। ਔਰ ਸਾਰੇ ਕੁੱਤੇ ਉਹਦਾ ਸਾਥ ਦੇ ਰਹੇ ਸਨ। ਅੱਛਾ, ਮੈਂ ਕਿਹਾ ਕੁੱਤੇ ਦੇ ਹੋ ਬੱਚਿਓ, ਇੱਥੇ ਖਲੋ, ਮੈਂ ਆਪਣਾ ਕੁੱਤਾ ਲੈ ਕੇ ਆਉਣਾ ਜੀ। ਏ ਆਓ ਮੇਰੇ ਨਾਲ। ਬੀਬੀ ਜੀ, ਸਾਹਿਬ ਜੀ, ਸਾਹਿਬ ਜੀ ਤੁਸੀਂ ਕਿੱਥੇ ਗਏ ਸੋ? ਮੈਂ ਨਾਲ ਗਿਆ ਸਾਂ ਸਰਕਸ ਕਰਨ। ਤੁਸੀਂ ਸਹੀ ਓਹੋ ਐਕਸਰਸਾਈਜ਼ ਕਰਦੇ ਨੇ? ਇੱਕ ਤਾਂ ਤੁਸੀਂ ਸਹੀ ਐਕਸਰਸਾਈਜ਼ ਨਹੀਂ ਕਰਦੇ ਹੋ, ਦੂਸਰਾ ਸਾਰੇ ਲੋਕ ਮੈਨੂੰ ਵੇਖ ਰਹੇ ਹੁੰਦੇ ਨੇ, ਤੁਸੀਂ ਕਿਸੇ ਨੂੰ ਨਹੀਂ ਰੋਕਦੇ ਹੋ। ਅੱਲਾ ਦੀ ਇਹ ਬੰਦੀ ਹੈ, ਤੂੰ ਮੈਨੂੰ ਸਟੈਪ ਹੀ ਗਲਤ ਦੱਸਿਆ ਪਹਿਲੇ ਦਿਨ। ਸਾਹਿਬ ਜੀ ਤੁਸੀਂ ਕਿਹੜਾ? ਮੈਂ ਉੱਥੇ ਐਕਸਰਸਾਈਜ਼ ਸ਼ੁਰੂ ਕੀਤੀ। ਮੈਂ ਐਕਸਰਸਾਈਜ਼ ਕੀਤੀ ਸੀ? ਓਏ ਮੈਂ ਸਰਕਸ ਕੀਤੀ ਉੱਥੇ। ਲਓ ਮੈਨੂੰ ਲੱਗਾ ਜਿਵੇਂ ਚੂਹੇ ਨੂੰ ਕਰੰਟ ਪੈ ਗਿਆ। ਸਾਹਿਬ ਜੀ ਇਹ ਐਕਸਰਸਾਈਜ਼ ਨਹੀਂ ਹੁੰਦੀ। ਉੱਥੇ ਇੱਕ ਬੰਦੇ ਨੇ ਮੈਨੂੰ ਇਹ ਕਿਹਾ, ਉਹ ਮੈਨੂੰ ਕਹਿੰਦੇ ਹੋ ਵੇਖੋ ਚੂਹੇ ਨੂੰ ਕਰੰਟ ਪੈ ਗਿਆ। ਗੁੱਸਾ ਤੇ ਮੈਨੂੰ ਬੜਾ ਚੜਿਆ ਫੇਰ, ਲੇਕਿਨ ਮੈਂ ਕਿਹਾ ਯਾਰ ਇਹਨੂੰ ਹਿੱਕ ਨਹੀਂ ਪੈਣੀ ਤੇ ਮੈਨੂੰ ਕਿੰਨੀ ਹੀ ਪੈ ਜਾਣੀ, ਮੈਂ ਫਿਰ ਉਹਦੇ ਨਾਲ ਪੰਗਾ ਲਏ ਨੇ। ਸਾਹਿਬ ਜੀ ਬੀਬੀ ਜੀ ਐਕਸਰਸਾਈਜ਼ ਕਰਾਉਣ ਲੱਗੇ ਨੇ। ਦੱਸੋ ਕੀ ਖਾਣਾ? ਬੀਬੀ ਜੀ ਜੂਸ ਪੀਣਾ। ਜੂਸ ਪੀਣਾ ਨੇ? ਹਾਂ ਜਾਓ ਪੀਓ ਜਾ। ਅੱਛਾ ਘਰ ਦਾ ਪੀਣਾ? ਘਰ ਵਾਲਾ ਐਕਸਰਸਾਈਜ਼ ਕਰਕੇ। ਅੱਛਾ ਕਿਹੜਾ ਪੀਣਾ ਜੀ? ਬਨਾਨਾ। ਯਾਰ ਸਾਰੀਆਂ ਬਨਾਨਾ ਨਿਚੋੜ ਕੇ ਲਿਆ। ਠੀਕ ਹੈ।
ਮੈਂ ਤੈਨੂੰ ਕਿਹਾ ਸੀ ਨਾ ਕੇਲੇ ਦਾ ਜੂਸ ਹੁੰਦਾ ਮੰਦਾ ਨਹੀਂ ਤੂੰ ਜਦੋਂ ਦੁੱਧ ਨਹੀਂ ਹੈਗਾ ਘਰ ਪੱਤੀ ਨਹੀਂ ਹੈਗੀ ਤਾਂ ਅਮਨ ਨੂੰ ਜਾ ਕੇ ਪੁੱਛਣਾ ਚਾਹ ਕਿਵੇਂ ਬਣਾ ਕੇ ਦਾਂ ਕੀ ਮਸਲਾ ਹੈ ਸਲਾਮ ਅਲੈਕੁਮ ਭਾਈਆ ਕੀ ਹਾਲ ਭਾਬੀ ਮਸਲਾ ਕੀ ਤੇਰਾ ਤੇਰੇ ਕੋਲ ਇੱਕ ਬੁੜੇ ਨੂੰ ਸੰਭਾਲੀ ਜਾਂਦੀ ਮੇਰੀਆਂ ਲੱਤਾਂ ਵੀ ਘੁੱਟ ਜਿਹੜੀ ਜਿਹੜੀ ਹੱਥ ਆਉਂਦੀ ਅੱਜ ਘੁੱਟਣੀ ਬੱਚੇ ਇਹ 24 ਘੰਟੇ ਚਾਹ ਪੀਂਦੀ ਹੈ ਵੈਗਨ ਚਲਾਉਂਦੀ ਹੈ ਸਮਾਰਟ ਰਹਿਣਾ ਚਾਹੁੰਦੀ ਕਹਿੰਦੀ ਮੈਨੂੰ ਸੁਬਾ ਦੀ ਚਾਹ ਨਹੀਂ ਦਿੱਤੀ ਉਹਨੂੰ ਓਏ ਕਿੰਨੇ ਘਰ ਦੇ ਕੰਮ ਕਰਦੇ ਆ ਓਏ ਇਹ ਚਾਹ ਨਹੀਂ ਹੁੰਦੀ ਉਹ ਸਪੈਸ਼ਲ ਟੀ ਹੁੰਦੀ ਹੈ ਬੇਗਮ ਕਿਹੜੀ ਟੀ ਹੁੰਦੀ ਹੈ ਗ੍ਰੀਨ ਟੀ ਪੀਓ ਨਾ ਫੇਰ ਬੰਦਾ ਸਮਾਰਟ ਹੁੰਦਾ ਆ ਦੇਖੋ ਜਰਾ ਆ ਪਹਿਲੇ ਇੱਥੇ ਹੁੰਦੀ ਸੀ ਅੱਛਾ ਆ ਦੇਖੋ ਗ੍ਰੀਨ ਟੀ ਪਵਾ ਪਿਆ ਕੇ ਹੁਣ ਤੂੰ ਆਈ ਜੇ ਅੱਛਾ ਫਿਰ ਹਲਕੀ ਜੀ ਆਈ ਜੇ ਫਿਰ ਤੂੰ ਆਈ ਜੇ ਕਹਿੰਦੇ ਐਸੀ ਸਮਾਰਟ ਕਿਆ ਬਾਤ ਰੋਜ਼ ਮੈਨੂੰ ਅੰਦਰ ਬੰਨ ਕੇ ਆਉਣਾ ਪੈਂਦਾ ਹਾਂਜੀ ਚਾਹ ਲੈ ਕੇ ਕਿੰਨੇ ਕਰਦੇ ਨੇ ਘਰ ਦੇ ਕੰਮ ਸਾਹਿਬ ਜੀ ਤੁਹਾਨੂੰ ਗੁੱਡ ਨਿਊਜ਼ ਦੇਣੀ ਸੀ ਮਾਸ਼ਾਅੱਲਾ ਤੁਸੀਂ ਸਾਰੇ ਇਕੱਠੇ ਹੋ ਗਏ ਹੱਸ ਡੋ ਆਏ ਸਾਹਿਬ ਜੀ ਨੇ ਕਿਹਾ ਸਪੈਸ਼ਲ ਤੁਹਾਡੇ ਲਈ ਅੱਛਾ ਵੀ ਅੱਜ ਤੋਂ ਬਾਅਦ ਇਹਨਾਂ ਚੋਂ ਕਿਸੇ ਦਾ ਕੰਮ ਨਹੀਂ ਕਰਨਾ ਲਾਨਤ ਤੇਰੀ ਗੁੱਡ ਨਿਊਜ਼ ਤੇ ਅੱਗੋ ਚੁੱਪੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ ਉਹ ਵੀ ਇਨਸਾਨ ਹੈ ਲੱਖ ਲਾਨਤ ਪੈਂਦਾ ਹੈ ਜਿੰਨੀਆਂ ਮਰਜ਼ੀ ਆਵਾਜ਼ਾਂ ਦੇ ਉਹ ਬੋਲਦੀ ਨਹੀਂ ਜਿਸ ਦਿਨ ਤੂੰ ਮੇਰੇ ਹੱਥਾਂ ਕਿਹਾ ਢਾਂਗਿਆ ਜਿਹਾ ਸਾਡੇ ਕੰਮ ਨੀ ਕਰਨੇ ਕਿਹੜੇ ਕੰਮ ਕਰਨੇ ਵੱਡੇ ਸਾਹਿਬ ਨੇ ਕਿਹਾ ਕਿ ਪੁੱਤਰ ਤਨਖਾਹ ਤੁਹਾਨੂੰ ਮੈਂ ਦਿੰਦਾ ਮੇਰੀ ਔਲਾਦ ਮੇਰੀ ਗੱਲ ਨਹੀਂ ਮੰਨਦੀ ਨਲਾਇਕ ਔਲਾਦ ਹੈ ਆਪਣੀਆਂ ਬੁੱਢੀਆਂ ਦੇ ਚੱਕਰਾਂ 'ਚ ਪਈ ਹੈ ਅੱਜ ਤੋਂ ਬਾਅਦ ਇਹਨਾਂ ਦੇ ਕੰਮ ਨਹੀਂ ਭਾਬੀ ਜੀ ਲਓ ਉਹਨੂੰ ਪਤਾ ਹੀ ਨਹੀਂ ਨਹੀਂ ਕਰਨੇ ਅਸੀਂ ਤੁਹਾਡੇ ਕੰਮ ਨਹੀਂ ਕਰਨੇ ਤੇ ਨਾ ਕਰੋ ਦਫਾ ਹੋ ਜਾ ਪਰ ਯਾਰੇ ਯਾਰ ਨਹੀਂ ਕੰਮ ਕਰ ਆਪਣਾ ਜਾ ਕੇ ਚੱਲ ਨਹੀਂ ਦਵਾ ਚੱਲ 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 ਸ਼ਰਮ ਕਰ ਬੀਬੀ ਖੋਲ ਖਲੋਤੀ ਤੇ ਚਸਕੇ ਲੈ ਮੈਂ ਦੇਖ ਰਹੇ ਹੋ ਦੇਖ ਰਹੇ ਹੋ ਗੰਦਾ ਹੈਗਾ ਇਧਰ ਆ ਇਧਰ ਆ ਜੋ ਗੰਦਾ ਹੈ ਚੱਲ ਯਾਰ ਤੂੰ ਸੋਚੋ ਹੁਣ ਕੰਮ ਕੌਣ ਕਰੇਗਾ ਮੈਂ ਨਹੀਂ ਕੋ ਕੰਮ ਕਰਨਾ ਮੈਂ ਤੁਹਾਨੂੰ ਦੱਸ ਦੇ ਮੈਂ ਮੇਰੇ ਕੋ ਵੀ ਕੰਮ ਨਹੀਂ ਹੋਣਾ ਕਿੰਨੇ ਕਰਨੇ ਨੇ ਹਾਂ ਬਈ ਵੇਖੋ ਮੇਰੀ ਗੱਲ ਸੁਣੋ ਮੈਂ ਸਿਰਫ ਬਾਂਡੇ ਦੋ ਦਿਆਂਗਾ ਬਾਕੀ ਮੈਂ ਨਹੀਂ ਜੇ ਕੰਮ ਕਰਨਾ ਚਾਦਰਾਂ ਵੀ ਮੈਂ ਕਰ ਦਿਆਂਗਾ ਬਾਕੀ ਮੈਂ ਨਹੀਂ ਕਰ ਕੱਪੜੇ ਵੀ ਮੈਂ ਧੋ ਦਿਆਂਗਾ ਬਾਕੀ ਮੈਂ ਨਹੀਂ ਕੰਮ ਕਰਨਾ ਕੱਪੜੀ ਵੀ ਮੈਂ ਮਾਰ ਲਾਂਗਾ ਬਾਕੀ ਮੈਂ ਨਹੀਂ ਕੰਮ ਕਰਨਾ ਮੇਰੇ ਵਾਸਤੇ ਆਮਲੇਟ ਕੌਣ ਬਣਾਏਗਾ ਉਹ ਵੀ ਮੈਂ ਬਣਾ ਲਾਂਗਾ ਬਾਕੀ ਮੈਂ ਨਹੀਂ ਕਰਨਾ ਬਾਕੀ ਸਿਰਫ ਤੂੰ ਸੌਣਾ ਸੌ ਲੇਗਾ ਜਾਂ ਮੈਂ ਬੰਦਾ ਹੋਰ ਭੇਜ ਦਿਆਂ ਰਹਿ ਕਿੱਥੇ ਗਿਆ ਉਹ ਤੇ ਤੂੰ ਜਿਹਦੇ ਨਾਲ ਆਖੇਂਗਾ ਸੌ ਜਾਂਗਾ ਲਾਲਾ ਜਨਾਨੀ ਨੂੰ ਥੱਲੇ ਲਾ ਕੇ ਰੱਖੀਦਾ ਤੂੰ ਆਪ ਥੱਲੇ ਲੱਗਣ ਦਿਆ ਰੋ ਪਾਈ ਜਾ ਰੋ ਪਾ ਜਨਾਨੀ ਨੂੰ ਮਾਰੀਦਾ ਇਹ ਚਪੇੜਾ ਮਾਰੋ ਕੋਈ ਕਸੂਰ ਹੋਵੇ ਫਿਰ ਮਾਰੋ ਨਾ ਕਸੂਰ ਹੋਵੇ ਫਿਰ ਮਾਰੋ ਮਾਰੋ ਅੱਛਾ ਜੀ ਤੇਰੀ ਗੱਲ ਤੇ ਮੈਂ ਅਮਲ ਕਰਨਾ ਪਹਿਲੇ ਇਹਦੇ ਤੇ ਟਰਾਈ ਕਰ ਲਵਾਂ ਅਜੇ ਰੋਬ ਸਾਹਿਬ ਕੀ ਕੰਮ ਹੈ ਕੀ ਕੰਮ ਹੈ ਜੰਦਾ ਸੇ ਵਾਸ਼ਰੂਮ ਪਰ ਮੇਰੀ ਲਵ ਮੈਰਿਜ ਹੈਗੀ ਉਹ ਕਹਿੰਦੀ ਵਾਸ਼ਰੂਮ ਸਾਫ਼ ਕਰਦੇ ਬਸ ਵਾਸ਼ਰੂਮ
ਚੱਲ ਇਹ ਕੰਮ ਤਾਂ ਤੂੰ ਕਰ ਲੈ ਰਹੀ ਹੈ। ਉੱਥੇ ਤਿਲਕਣ ਬਹੁਤ ਹੈ ਨਾ, ਮੈਂ ਕੱਲਾ ਘੰਟਾ ਘੰਟਾ ਪੁੱਤਰ ਨਿੱਕਾ ਜਿਹਾ ਬਾਥਰੂਮ ਹੈ, ਤੂੰ ਡਿੱਗ ਵੀ ਪਿਆ ਤੇ ਖਲੋਤਾ ਹੀ ਰਹਿਣਾ ਹੈ। ਵਾਸ਼ਰੂਮ ਸਾਫ਼ ਕਰਨਾ ਤੇ ਚਾਹ ਬਣਾਉਣੀ ਹੈ, ਫਿਰ ਤੂੰ ਬਣਾਉਣੀ ਚਾਹ। ਇੰਝ ਕਰ ਤੂੰ ਪਤੀਲੀ ਰੱਖੀ, ਹਾਂ ਠੀਕ ਹੈ, ਮੈਂ ਪਾਣੀ ਪਾ ਦਾਂਗਾ, ਤੂੰ ਚੀਨੀ ਪਾ ਦੇਈਂ, ਮੈਂ ਪੱਤੀ ਪਾ ਦਾਂਗਾ, ਤੇ ਦੁੱਧ ਭਾਬੀ ਤੈਨੂੰ ਪਾਉਣਾ ਪੈਣਾ ਸਾਡੇ ਕੋਲ ਨਹੀਂ। ਅਸਲ ਚ ਨਾ ਜੀ ਚਾਰ ਕੱਪ ਬਣਾਉਣੇ ਹੁੰਦੇ ਤੇ ਇਹਨਾਂ ਕੋਲੋਂ ਤੇ ਉਮੀਦ ਨਹੀਂ ਹੈ। ਸਾਡੇ ਕੋਲ ਫ੍ਰਿਜ ਚ ਖਤਮ ਹੋ ਗਿਆ। ਮੈਂ ਨਹੀਂ ਕੰਮ ਕਰਨਾ ਕੋਈ, ਇਹ ਕੰਮ ਕਰਨ ਤੋਂ ਇਲਾਵਾ ਸੋਚੋ ਕੋਈ ਕੰਮ ਕੌਣ ਕਰੇਗਾ। ਸੋਚੋ ਯਾਰ, ਅੱਬੇ ਨੇ ਮੈਨੂੰ ਸਵੇਰੇ ਨਾ ਬੜੀਆਂ ਗਾਲਾਂ ਕੱਢੀਆਂ। ਕੋਈ ਗੱਲ ਨੀ ਪਿਓ, ਅੱਬੇ ਨੂੰ ਪਤਾ ਨੀ ਸਾਡੇ ਤੇ ਕਾਹਦਾ ਗੁੱਸਾ ਹੈ। ਮੈਨੂੰ ਤੇ ਕਿਉਂਕਿ ਜਦ ਤੱਕ ਕੋਈ ਬੰਦਾ ਕੰਮ ਵਾਲਾ ਨਾ ਹੋਇਆ ਸਾਡੇ ਕੋਲ ਨੀ ਬਰਦਾਸ਼ਤ ਹੋਣਾ। ਬੇਗਮ ਮੈਂ ਕੋਈ ਕੰਮ ਨੀ ਜੇ ਕਰਨਾ। ਤੁਹਾਡਾ ਕੀ ਮਸਲਾ, ਤੁਹਾਨੂੰ ਟਾਇਰ ਲੱਗੇ ਹੋਏ ਨੇ? ਇੱਧਰ ਆ, ਉੱਧਰ ਜਾ ਕੇ ਕੰਮ ਚੱਲ, ਉੱਧਰ ਸੁੱਕੀ ਮਰਜ਼ਲ ਜੀ ਚੱਲ ਤੇ ਭਾਬੀ। ਅੱਛਾ ਮੇਰੀ ਗੱਲ ਸੁਣੋ, ਮੈਂ ਗੱਲ ਸੋਚੀ ਹੈ ਕਿ ਮੈਂ ਪਿੰਡ ਕਰ ਰਹੀ ਹਾਂ ਫੋਨ ਅੱਬਾ ਜੀ। ਅੱਛਾ ਜੀ, ਉਹਨਾਂ ਨੂੰ ਕਹਿੰਦੀ ਹਾਂ ਕਿ ਸਾਡਾ ਬੜਾ ਸਵੀਟ ਸੋਹਣਾ ਨੌਜਵਾਨ ਇੰਨਾ ਖੂਬਸੂਰਤ ਨੌਕਰ ਹੈ ਕਿ ਤੁਸੀਂ ਵੇਖਦੇ ਰਹਿ ਜਾਓ। ਇਹ ਨੌਕਰ ਬੁਲਾ ਰਹੀ ਹੈ ਕਿ ਕੋਈ ਨਵਾਂ ਖਸਮ ਬੁਲਾ ਰਹੀ ਹੈ? ਸੋਹਣਾ ਸਵੀਟ ਬਾਂਦਰ ਜਿਹਾ ਮੰਗਾ, ਪਰ ਇੱਕ ਸ਼ਰਤ ਇਹ ਹੁੰਦੀ। ਹਾਂਜੀ, ਉਹ ਕੰਮ ਕੁੜੀਆਂ ਨੇ ਕਰਦਾ। ਤਾਂ ਖੈਰ ਹੈ, ਮੈਂ ਤੁਹਾਡਾ ਕੰਮ ਕਰ ਦਵਾਂ, ਅਸੀਂ ਤੇ ਆਪੇ ਨਾ ਧੋ ਲਾਂਗੇ। ਬਹਰਲ ਉਹ ਜੋ ਵੀ ਲਏਗਾ, ਹਾਂ ਤੂੰ ਤੇ ਇੱਥੇ ਹੀ ਹੈ ਨਾ। ਚਲੋ ਕਰੋ ਫਿਰ ਫੋਨ। ਆਪਣੀ ਬੀਬੀ ਨੂੰ ਕਹਿੰਦਾ, ਜਾਨ ਤੈਨੂੰ ਸਭ ਤੋਂ ਜ਼ਿਆਦਾ ਸਕੂਨ ਦੀ ਨੀਂਦ ਕਿੱਥੇ ਆਉਂਦੀ? ਉਹ ਕਹਿੰਦੀ, ਜਾਨੂੰ ਤੁਹਾਡੇ ਕੋਲ ਬਾਕੀ ਤੇ ਬੰਦੇ ਸੌਣ ਹੀ ਨਹੀਂ ਦਿੰਦੇ। ਆਪਣੀ ਬੀਬੀ ਨੂੰ ਕਹਿੰਦਾ, ਕਿਹਾ ਸੀ ਜਾਨ ਤੈਨੂੰ ਮੈਂ ਕਿਹਾ ਬੰਦਿਆਂ ਵਾਂਗੂ ਟੁਰੇ ਆ ਘਰ, ਉਹਨੇ ਕਮੀਜ਼ ਲਾ ਕੇ ਮੋਢੇ ਤੇ ਰੱਖ ਲਈ।
ਯਾਰ ਤੁਹਾਨੂੰ ਹੱਸੇ ਦੀ ਪਈ ਹੈ, ਪਿਸਤ ਹੋ ਗਏ। ਰੇਹੜੀ 'ਤੇ ਜਾ ਕੇ ਕਹਿੰਦਾ ਪੰਜ ਕੇਲੇ ਦੇ ਦਿਓ, ਕਹਿੰਦਾ ਛਿਆਂ ਤੋਂ ਘੱਟ ਨਹੀਂ ਆਉਂਦੇ, ਕਹਿੰਦਾ ਚੱਲ ਛੇ ਦੇ ਦੇ ਇੱਕ ਖਾ ਲਾਂਗੇ। ਇਹਨਾਂ ਦੀਆਂ ਗਲੀਆਂ ਏਡੀਆਂ ਏਡੀਆਂ, ਇਹਨਾਂ ਦੇ ਮਹੱਲੇ 'ਚ ਕੋਈ ਬਹੁਤ ਗਈ ਹੋ ਗਿਆ, ਉਹ ਮੁਰਦਾ ਖੜਾ ਕਰਕੇ ਤੇ ਜਾਣਾ ਪੈਂਦਾ। ਇਹ ਬਸ ਜਦੋਂ ਹੋਣ ਵਾਲਾ ਸੀ ਇਹਦੀ ਅੰਮੀ ਦਾ ਲਾਸਟਿਕ ਟੁੱਟਾ ਸੀ, ਤੇ ਜਾ ਕੇ ਆਪਣੇ ਅੱਬੇ ਨੂੰ ਜੁੱਤੀਆਂ ਮਾਰ। ਕਿਉਂ? ਉਹਨੇ ਮੇਰੇ ਅੱਬੇ ਨੂੰ ਭੈਣ ਦੇ ਦਿੱਤੀ, ਲਾਲ ਲਾੜੇ ਨਹੀਂ ਦਿੱਤੇ। ਕੌਣ? ਮੇਰਾ ਭਤੀਜਾ ਮੁਹੰਮਦ ਅਸ਼ਰਫ। ਓਏ ਅਸ਼ਰਫ ਤੂੰ ਕਦੋਂ ਆਇਆ ਪੁੱਤ? ਆਉਣੀ ਆ ਚਾਚਾ। ਦੱਸ ਕੋ ਖਿਦਮਤ ਕੀਤੀ ਅਸ਼ਰਫ? ਓਏ ਮੈਨੂੰ ਪਛਾਣ ਲਿਆ। ਮੈਂ ਤੇ ਮੈਨੂੰ ਜੁਗਤਾਂ ਕਰ ਰਿਹਾ ਸਾਹਿਬ। ਆ ਮੇਰਾ ਚਵਲਾ। ਪੁੱਤ ਕਿਸ ਤਰ੍ਹਾਂ ਪੁੱਤ? ਇਹ ਥੜੀ ਤੇ ਬੈਠਾ ਰੋਈ ਜਾਵੇ। ਉਹ ਮੈਂ ਪੁੱਛਿਆ ਕੀ ਹੋਇਆ, ਕਹਿੰਦਾ ਕੋਈ ਧੁੰਦ 'ਚ ਚੰਡਾ ਮਾਰ ਗਿਆ। ਜਾ ਜਾ ਕੇ ਜਾ ਸਾਡਾ ਖਰਾਬ ਦਾ ਪੁੱਤਰ ਰੋਵੇ। ਝੂਠ ਬੋਲਣ ਦੇ ਆ ਪਛਾਣਿਆ ਫਿਰ ਸ਼ਾਇਦ। ਉਹ ਫਿਰ ਸ਼ਾਇਦ ਉਹ ਮੈਂ ਉਹੀ ਆ ਜਿਹਨੇ ਤੇਰੇ ਨਾਲ ਰਲ ਕੇ ਡੰਡਾ ਵਾਲਾ ਜੰਮਿਆ। ਬੜਾ ਕੌਣ ਸਬਜ਼ੀ ਬਗੈਰਤ ਹੈ ਇਹ? ਮੇਰੀ ਅੰਮੀ ਦਾ ਫੋਨ ਹੈ ਤੇ ਤੂੰ ਮੇਰੇ ਭਤੀਜੇ ਨਾਲ ਜਾਂਦਾ, ਤੈਨੂੰ ਸ਼ਰਮ ਹੈ? ਆ ਦੇ ਮੇਰੇ ਨਾਲ ਗੱਲ ਕਰ। ਹੈਲੋ ਖੁਰਸ਼ੈਦ, ਪਛਾਣਿਆ ਤੇਰਾ ਗੁਨਾਹਗਾਰ। ਨਹੀਂ ਪਛਾਣਿਆ, ਭੁੱਲ ਗਈ? ਯਾਦ ਕਰ ਉਹ ਜਿਹਨੇ ਜ਼ਿਆਦਾ ਦੌਰ 'ਚ ਤੇਰੇ ਪਿੱਛੇ ਕੋੜੇ ਖਾਧੇ ਸਨ। ਨਹੀਂ ਸਾਹਿਬ ਜੀ ਤੁਸੀਂ ਮੋਬਾਈਲ ਮੈਨੂੰ ਦੇ। ਅੰਮੀ ਮੈਂ ਫੇਰ ਗੱਲ ਕਰਾਂਗਾ। ਹਾਂ ਮੇਰੀ ਵੀ ਗੱਲ। ਸਾਹਿਬ ਜੀ ਕੀ ਪੀਓਗੇ? ਹੈ ਕੀ ਪੀਓਗੇ? ਮੈਂ ਚਾਹ ਪੀਓਗੇ? ਪਿਆਦੇ ਉਹ ਤੇ ਡਾ ਸੋਚ ਕੇ ਵੀ ਕੋਈ ਮਰਜ਼ੀ ਦੁੱਧ ਨਹੀਂ ਹੈ। ਮਰਜ਼ੀ ਦੁੱਧ ਨਹੀਂ ਹੈ। ਮੈਂ ਅੰਨਾ ਨਹੀਂ ਤੁਸੀਂ ਕੌਣ ਭਾਜੀ? ਭਾਜੀ ਕਿਹਦੇ ਨਾਲ ਆਏ ਹੋ? ਤੇਰਾ ਭਲਾ ਹੋ ਜੇ। ਭਾਜੀ ਕਿਹਦੇ ਨਾਲ ਆਏ? ਭਾਜੀ ਆਪਣੇ ਕਿਹਦੇ ਨਾਲ ਆਏ ਹੋ? ਬਦਮਾਸ਼ ਹੋ ਤੁਸੀਂ, ਵੈਰੀ ਗੁੱਡ। ਬੁਲਾ ਜਿਹਨੂੰ ਬੁਲਾਉਣਾ ਹੀ ਬੁਲਾ। ਆ ਗਏ ਘਰ ਤੇ, ਇਹੀ ਲੱਗਦਾ ਮੈਂ ਘਰ ਤੇ।
ਨਹੀਂ ਗੱਲ ਕਰ ਬੰਦਾ ਪੁੱਤ। ਓਏ ਓ ਸੰਗਾ ਫੜਾ, ਸੰਡਾ ਖੁੱਲ ਗਿਆ। ਤੁਸੀਂ ਆਪਣੀਆਂ ਖੰਬੇ ਨਾਲ ਬੰਨੋ, ਮੇਰੀਆਂ ਆਉਣੀਆਂ ਦੇਖੋ। ਇੱਥੇ ਚੌਲਾ ਤੂੰ ਭੋਲੇ ਨੂੰ ਜਾਣਦਾ ਨਹੀਂ? ਉਹ ਕੌਣ ਭੋਲਾ? ਇੱਥੇ ਔਰਤਾਂ ਕੱਢੋ, ਔਰਤਾਂ ਕੱਢੋ ਬਾਹਰ। ਮੈਂ ਔਰਤਾਂ ਨਾ ਕੱਢੀਆਂ, ਮੈਂ ਤੇਰਾ ਰੰਗ ਰੂਪ ਨਹੀਂ ਦੇਖਣਾ, ਮੈਂ ਇੱਥੇ ਤੈਨੂੰ ਰਗੜ ਦੇਣਾ, ਤੈਨੂੰ ਪਤਾ ਵੀ ਨਹੀਂ ਲੱਗਣਾ। ਔਰਤਾਂ ਕੱਢੋ ਬਾਹਰ। ਉਹ ਭਾਈ ਆਇਆ ਕਿੱਧਰ, ਇਹ ਕਿਹੜਾ ਪਿੰਡ ਹੈ ਤੇਰਾ, ਕੌਣ ਹੈ ਤੂੰ? ਚੱਕ ਸੰਤਾਲੀ। ਇਹ ਚੱਕ ਸੰਤਾਲੀ ਕਿੱਥੇ? ਛਿਆਲੀ ਦੇ ਨਾਲ। ਜੇ ਛਿਆਲੀ ਜਾਣਾ ਹੋਵੇ, ਸੰਤਾਲੀ ਚ ਹੋ ਕੇ ਛਿਆਲੀ ਚ ਆ ਜਾਓ, ਤੇ ਜੇ ਨਾ ਲੱਭੇ ਤੇ ਫਿਰ ਜਿੱਥੋਂ ਨਿਕਲੇ ਉੱਥੇ ਵੜ ਜਾਓ। ਇੱਥੇ ਔਰਤਾਂ ਕੱਢਾ ਤੁਹਾਡੀ, ਔਰਤਾਂ ਬਾਹਰ ਕੱਢ। ਬੀਬੀ ਜੀ, ਇਹ ਪਤਾ ਨੀ ਕੌਣ ਆਇਆ। ਔਰਤਾਂ ਬਾਹਰ ਬੁਲਾ, ਤੈਨੂੰ ਪਤਾ ਲੱਗ ਜਾਏਗਾ ਕੌਣ ਆਇਆ। ਇੰਨੇ ਬੰਦਿਆਂ ਦੇ ਸਾਹਮਣੇ ਆਇਆ ਕਰ ਲੈਣਾ, ਤੇ ਭੋਲੇ ਨੂੰ ਜੱਫੀ ਨਹੀਂ ਪਾਉਣੀ ਉਸ ਲਈ ਅਲਿਆ ਦਾ ਸਦਕੇ ਤੁਹਾਡੇ ਆ ਕੀ ਹੈ? ਕੀ ਚਾਹਨਾ ਹੈ? ਹੈ ਕੀ ਚਾਹਨਾ ਕੌਣ ਨਹੀਂ ਇਸ ਅਰੇ ਤੂੰ ਕਾਫਰ ਔਰਤ ਹੈ। ਆ ਮੁਸਲਮਾਨ ਦੇਖੇ ਬਗਲ ਕੀ ਹੋਈ, ਤੂੰ ਕਾਫਰ ਔਰਤ ਹੈ, ਤੈਨੂੰ ਪਤਾ ਹੀ ਨਹੀਂ ਵੀ ਜੱਫੀ ਦਾ ਇਹ ਕੀ ਹਾਂ। ਅਗਰ ਇਹ ਨਾ ਨਾ ਮੰਨੀ ਤੇ ਤੂੰ ਜ਼ਹਿਨੀ ਤੌਰ ਤੇ ਤਿਆਰ ਰਹਿਣਾ। ਭੋਲਾ ਪਿੰਡੋਂ ਆਇਆ, ਭੋਲਾ ਤਬਿਆ ਫਿਰਦਾ ਭਰਾ, ਤੈਨੂੰ ਨੀ ਪਤਾ, ਅੱਲਾ ਮੇਰਾ ਜਾਣਦਾ, ਮੈਨੂੰ ਕੁਛ ਨੀ ਪਤਾ ਲੱਗਣਾ। ਇੱਧਰ ਆ ਜਾਓ, ਆਪਣੀਆਂ ਔਰਤਾਂ ਲੈ ਜਾਓ, ਔਰਤਾਂ ਲੈ ਜਾਓ, ਬਸ ਠੀਕ ਆ, ਲੈ ਜਾਓ ਔਰਤਾਂ। ਤੂੰ ਇੱਥੇ ਹੀ ਨਾ, ਇੱਥੇ ਹੀ ਨਹੀਂ, ਮੈਂ ਤੁਹਾਡੇ ਘਰ ਹੁੰਦਾ। ਉਹ ਤੂੰ ਸੀ, ਮੈਨੂੰ ਮਾਫ ਕਰ ਦੀ, ਮੇਰੇ ਕੋਲ ਉਸ ਦਿਨ ਜ਼ਿਆਦਤੀ ਹੋ ਗਈ ਹੈ। ਜ਼ਿਆਦਤੀ ਘਟਾ ਹੋਣੀ ਹੈ, ਤੈਨੂੰ ਪੈਸੇ ਦੇ ਗਿਆ ਹੱਥੋਂ। ਹਾਂ ਵੈਸੇ ਤੁਹਾਡੀਆਂ ਔਰਤਾਂ ਉਹ ਆਰਾਮ ਨਾਲ ਗੱਲ ਕਰ ਰਹੇ, ਧਿਆਨ ਦੇ ਰਹੇ ਆ, ਚੰਗਾ ਜਿਆ। ਇਹ ਤੁਹਾਡਾ ਕੌਣ ਹੈ? ਪੂਰੀ ਇਹ ਮੇਰਾ ਖਾਵੰਦ ਹੈ। ਹੈ ਇਹ ਮੇਰਾ ਖਾਵੰਦ ਹੈ, ਇਹ ਮੇਰੀ ਜੇਠ ਹੈ, ਤੇਰਾ ਖਾਵੰਦ। ਹਾਂਜੀ, ਕਿਉਂ ਮੈਂ ਤੇਰੀ ਭੈਣ ਦਾ ਖਾਵੰਦ ਹੋਣਾ ਸੀ? ਉਹ ਤੂੰ ਮੇਰੀ ਭੈਣ ਦਾ ਵੀ ਹੁੰਦਾ ਤੇ ਤੂੰ ਕੀ ਕਰ ਲੈਣਾ ਸੀ? ਆਹੋ ਭਾਈ, ਤੁਹਾਡੀਆਂ ਭੈਣਾਂ ਹੀ ਹੁੰਦੀਆਂ ਜੀ ਜਾਨ। ਓਏ ਓਏ, ਆਪਣਾ ਤਾਰਫ ਕਰਾ ਦਾ। ਓਏ ਪਿੰਡੋਂ ਆਇਆ ਭੋਲਾ, ਮੇਰਾ ਨਾਂ ਪਿੰਡੋਂ ਆਇਆ, ਜਿੱਥੋਂ ਜਗ੍ਹਾ ਬਣੀ ਉੱਥੋਂ ਕਿਉਂ ਨਹੀਂ ਆਇਆ? ਵੇਖ ਉਹ ਹੀ ਗੱਤ ਹੈ, ਦੇਖਿਆ ਤੁਹਾਡੀ ਔਲਦ ਕਿੱਦਾਂ ਟੱਪ ਕੇ ਚੜੀ ਆ। ਓਏ ਓਏ,
ਕਿਹਦਾ ਬੰਦਾ? ਖੁਸ਼ ਨਸੀਬ ਔਰਤ ਉਹ ਤੇ ਮੇਰਾ ਤ੍ਰਿਕ ਤੋੜਨ ਲੱਗਾ ਸੀ। ਮੈਨੂੰ ਕਸਮੇ ਖੁਦਾ ਦੀ ਇੱਥੇ ਹੀ ਹੱਥੇ ਆਉਂਦੀਆਂ, ਪਿੱਛੇ ਤਾਂ ਮੂੰਹ ਨਹੀਂ ਲਾਉਂਦੀਆਂ। ਕੀ ਕਰਦੇ ਪਿੱਛੇ? ਕੀ ਕਰਦੀਆਂ ਪਿੱਛੇ ਤਾਂ ਮੂੰਹ ਨਹੀਂ ਲਾਉਂਦੀਆਂ। ਲੱਖ ਲਾਹਨਤ ਤੇ ਪਿੱਛੇ ਮੂੰਹ ਲਾਉਂਦਾ। ਪਿੱਛੇ ਦੇਣੇ ਦੇ ਨਾਲ ਬਹਿ ਜਾ, ਇਹਦੀ ਮਾਂ ਫੌਰਨ ਬੋਲਦੀ ਕਾਕਾ ਸਾਈਡ ਤੇ ਹੋ ਜਾ, ਕੁੜੀ ਨੂੰ ਹਵਾ ਨਹੀਂ ਆ ਰਹੀ। ਇੱਥੇ ਹੁਣ ਠਹਿਰ ਜਾਓ। ਅੱਛਾ ਬੋਲਿਆ ਤੂੰ ਆ ਗਿਆ। ਓਏ ਆਇਆ ਨਾ, ਪੁੱਛੋ ਆਪਣੀਆਂ ਔਰਤਾਂ ਨੂੰ। ਸਾਰੇ ਕੰਮ ਹੁਣ ਤੂੰ ਕਰਨੇ ਨੇ? ਹਾਂ ਮੈਂ ਕਰਨੇ, ਔਰਤਾਂ ਦੇ ਕੰਮ ਸਿਰਫ ਕਰਨੇ ਮੈਂ। ਤੇ ਇਹਨਾਂ ਔਰਤਾਂ ਨੇ ਬੁਲਾਇਆ ਤੈਨੂੰ? ਪਹਿਲੋਂ ਆ ਗਿਆ ਤੇਰੇ ਨਾਲ, 6 ਵਜੇ ਦੀ ਗੱਲ ਹੋਈ ਸੀ। ਚਬਲਾ ਜਿਹਾ ਗੰਦੀ ਔਰਤ ਦਾ ਬੱਚਾ ਤੂੰ। ਓਏ ਹੈਲੋ, ਗਲਤ ਗੱਲ ਕਰ ਰਿਹਾ। ਬੋਲਾ ਇੱਕ ਗੈਰਤਮੰਦ ਆਦਮੀ ਹੈ। ਓਏ ਗੈਰਤਮੰਦ ਐਡਾ ਹੁੰਦਾ ਹੀ ਨਹੀਂ। ਚਬਲ ਜਿਹਾ ਆ ਗੈਰਤ ਦਾ ਤਕਾਦਾ ਅਨੀ ਦੇ ਬੱਚਾ ਪੂਰੇ ਪਿੰਡ ਦਾ ਮਾਲ ਲਈ ਫਿਰਦਾ। ਅੱਲਾ ਦੇ ਬੰਦੇ ਬੜਾ ਨੇਕ ਆਦਮੀ ਹੈ। ਅੱਛਾ ਉਹ ਕਿਵੇਂ? ਹੋਰ ਜਦੋਂ ਪੈਦਾ ਹੋਇਆ ਮੈਂ ਦਾਈ ਨੂੰ ਜਾ ਕੇ ਪੁੱਛਿਆ, ਮੈਂ ਕਿਹਾ ਕੀ ਹੋਇਆ? ਅੱਛਾ ਕਹਿੰਦੀ ਇਹ ਬੇਫਿਕਰ ਹੋ ਜਾਓ, ਹਲੇ ਹੋ ਰਿਹਾ। ਉਹ ਤੇ ਇਹ ਤੇ ਇੰਨੀ ਆਸਾਨੀ ਨਾਲ ਹੋਇਆ, ਕੋਈ ਦੁੱਖ ਤਕਲੀਫ ਹੀ ਨਹੀਂ ਵਾਲਦਾ ਨੂੰ, ਸਿਰਫ ਉਹਨੇ ਆ ਪਿਆ। ਉਹ ਤੈਨੂੰ ਪੂਰਾ ਪਤਾ ਹੀ ਨਹੀਂ ਜੇ ਜਦੋਂ ਹੋਇਆ ਇਹ ਭੋਲਾ, ਜਦੋਂ ਪਿੰਡ 'ਚ ਹੋਇਆ ਨਾ, ਇਹਦੀ ਮਾਂ ਦੇ ਘਰ ਕੋਈ ਹੋਰ ਭੈਣ ਭਰਾ ਨਹੀਂ ਇਹਦੇ ਤੋਂ ਬਾਅਦ ਹੋਇਆ। ਸਾਰਾ ਮਟੀਰੀਅਲ ਇਸ ਕੰਜਰ ਨੂੰ ਲੱਗ ਗਿਆ। ਇਹਦੇ ਮਾਂ ਨੇ ਇਹਦੀ ਮਾਂ ਨੂੰ ਕੁੱਟਿਆ ਵੀ ਇਹਦੀ। ਅੱਛਾ ਅੱਛਾ, ਪਹਿਲੀ ਗੱਲ ਤਾਂ ਇਹ ਕਿ ਤੁਸੀਂ ਇਹ ਬੜਾ ਅੱਛਾ ਮਸ਼ਵਰਾ ਦਿੰਦਾ ਜੀ। ਇਹ ਦਿੰਦਾ ਇਹ? ਅੱਛਾ ਓਏ ਦੇਣਾ ਤੂੰ ਮਸ਼ਵਰਾ? ਮਸ਼ਵਰਾ ਦੇਈਂ? ਮਸ਼ਵਰਾ ਨਾਲ ਕਿਹਾ ਕਰ, ਸੋਤੀ ਦੇ ਬੱਚਿਆ ਮਸ਼ਵਰਾ ਦੇ। ਅੱਛਾ ਬੜੀ ਗੱਲ ਆ ਯਾਰ। ਜੀ ਜੀ ਮੇਰੀ ਜਾਨ। ਅੱਛਾ ਖਲੋਂਦਾ ਇੰਜ ਔਰਤਾਂ ਨਾਲ ਜਿਵੇਂ ਇਹਨਾਂ ਦਾ ਵਾਲ ਸਾਹਿਬ ਨੇ? ਔਰ ਹੱਥ ਇੰਜ ਰੱਖ ਲੈ। ਚਵਲ ਦੇ ਬੱਚਿਓ, ਤੁਸੀਂ ਗਲਤ ਸਮਝ ਰਹੇ, ਸਾਡੀਆਂ ਧੀਆਂ ਭੈਣਾਂ ਹੀ ਆ। ਹਾਂ ਅਸੀਂ ਨਹੀਂ ਸਮਝਦੇ। ਪਿਛਲੇ ਅੰਦਰੋਂ ਬਗੈਰਤ ਤੇ ਭੋਲਾ। ਅੱਛਾ ਜੀ, ਅੱਛਾ ਭੋਲਾ ਜੀ, ਇਹਦਾ ਮਤਲਬ ਇਹਦਾ ਮਤਲਬ ਇਹਨੇ ਸਹੀ ਕਿਹਾ ਸੀ ਵੀ ਗੈਰਤਮੰਦ ਐਡਾ ਹੁੰਦਾ ਹੀ ਨਹੀਂ। ਹਾਂ ਹਾਂ, ਗੈਰਤਮੰਦ ਜਿਹੜਾ ਹੁੰਦਾ ਉਹ ਲੰਬੇ ਨੱਕ ਵਾਲਾ ਹੁੰਦਾ ਹੈ ਨਾ। ਐਤਕੇ ਇਹਨਾਂ ਦੀਆਂ ਔਰਤਾਂ? ਹਾਂ ਜੀ, ਤੁਹਾਡੀਆਂ ਨੇ ਸਰ। ਅੱਛਾ ਭੋਲਿਆ, ਭਾਵੇਂ ਮੇਰੇ ਕੋਲ ਕਸਮ ਚਕਾਲਾ, ਭਾਵੇਂ ਇੰਜ ਹੱਥ ਰੱਖ ਤੇ ਭਾਵੇਂ ਇੰਜ ਰੱਖ, ਦੂਰੋਂ ਇਹ ਹੀ ਲੱਗਦਾ ਵੀ ਤੂੰ ਛੱਡਣ ਨਹੀਂ ਆਇਆ ਤੁਹਾਡੇ ਵੱਲੋਂ ਲੈ ਕੇ ਕਿਤੇ ਹੋਰ ਜ਼ਰੂਰ ਪੰਗਾ ਲੈਣੇ। ਭੋਲਾ ਜੀ, ਪ੍ਰੋਬਲਮ ਹੈ ਵੇ ਜੀ ਕਿ ਜਿਹੜਾ ਸਾਡਾ ਮੇਰਾ ਸੁਸਰ ਹੈ ਨਾ, ਉਹ ਸਾਨੂੰ ਖਰਚਾ ਦੇਣਾ ਉਹਨੇ ਬੰਦ ਕਰ ਦਿੱਤਾ। ਬਿਲਕੁਲ, ਤੁਹਾਡਾ ਪਿਓ ਤੁਹਾਨੂੰ ਖਰਚਾ ਨਹੀਂ ਦਿੰਦਾ? ਨਹੀਂ ਯਾਰ, ਗਾਲਾਂ ਵੀ ਕੱਢਦਾ ਹੈ ਤੂੰ। ਇਹਨਾਂ ਨੂੰ ਮਾਰਕੀਟ 'ਚ ਕੱਢੋ, ਪੈਸੇ ਹੀ ਪੈਸੇ ਲੱਗਦੇ ਆ ਬੰਦੇ ਇਹਨਾਂ ਨੂੰ ਮਾਰਕੀਟ 'ਚ। ਮੁੱਛਾਂ ਤੁਸੀਂ ਰੱਖੀਆਂ ਹੀ ਆ। ਅਤੇ ਕੀ ਗੱਲ ਏ, ਅਸੀਂ ਤੁਹਾਡੀ ਫੈਮਿਲੀ ਵਾਲਾ ਕੰਮ ਕਰ ਨਹੀਂ ਸਕਦੇ। ਬੋਲਿਆ ਮਸਲਾ ਸੋਚੀ ਯਾਰ, ਤੁਹਾਡਾ ਆਪਾਂ ਤੁਹਾਨੂੰ ਪੈਸੇ ਵੀ ਦੇਵੇ, ਅੱਛਾ ਤੁਹਾਨੂੰ ਖਰਚਾ ਵੀ ਦੇਵੇ, ਫਿਰ ਭੋਲੇ ਨੂੰ ਮੰਨੂ ਯਾਰ? ਇਸੇ ਵਾਸਤੇ ਤਾਂ ਤੈਨੂੰ ਬੁਲਾਇਆ। ਅੱਲਾ ਜਾਣਦਾ ਆਪਣਾ ਚੂਈ ਨੁਮਾ ਇਨਸਾਨ
ਪਿੰਡ ਦੇ ਵਿੱਚ ਹਰ ਸ਼ਖਸ ਭੋਲੇ ਕੋਲੋਂ ਮਸ਼ਵਰਾ ਲੈਂਦਾ। ਅੱਛਾ, ਮੈਂ ਕਦੀ ਕਿਸੇ ਨੂੰ ਗਲਤ ਮਸ਼ਵਰਾ ਨਹੀਂ ਦਿੱਤਾ ਕਿਉਂਕਿ ਅੱਲਾ ਕੋਲ ਵੀ ਜਾਣਾ। ਬਿਲਕੁਲ ਸਹੀ ਗੱਲ। ਉਹ ਖਰੇ ਕਦੋਂ ਜਾਣਾ ਹੈ? ਹਾਂ, ਤੇਰੇ ਪਿੱਛੇ ਪਿੱਛੇ ਹੀ ਆ। ਫਰਿਸ਼ਤਿਆਂ ਕੋਲ ਚੁੱਕਿਆ ਨਹੀਂ ਜਾਂਦਾ, ਇਸ ਲਈ ਨਹੀਂ ਜਾਂਦਾ। ਲਓ ਜੀ, ਗੱਲ ਇਹ ਹੈ, ਨਹੀਂ ਆਪਾਂ ਗਾਲਾਂ ਕਿਉਂ ਕੱਢਦੇ ਸਨ? ਤੁਹਾਡੇ ਵਰਗੀ ਔਲਾਦ ਨੂੰ ਕੱਢਣੀਆਂ ਚਾਹੀਦੀਆਂ। ਹਾਂਜੀ, ਤੁਹਾਡੀ ਵਾਲਦਾ ਜੀਂਦੀ? ਫੌਤ ਹੋ ਗਈ, 15 ਸਾਲ ਹੋ ਗਏ। ਤੇ ਮਰਨਾ ਹੀ ਸੀ ਜਿਹਨੇ ਆਹ ਚਵਲ ਜੰਮੇ ਉਹਨੇ ਰਹਿਣਾ ਸੀ। ਸਹੀ, ਅਸੀਂ ਚਵਲਾਂ ਜੰਮੀਆਂ, ਆਹ ਤੇਰੀ ਮਾਂ ਨੇ ਤੇ ਸੰਤੋਖ ਜੰਮਿਆ। ਆ ਵੇ, ਪਿੱਛੇ ਤੱਕ ਘਰ ਜੁੜਿਆ ਵੇ, ਉਹ ਇੱਥੇ ਪਸੀਨਾ ਹੁੰਦਾ। ਹਾਂਜੀ ਹਾਂਜੀ ਹੁੰਦਾ। ਇਹ ਗਰਮੀਆਂ ਨੂੰ ਇੱਥੇ ਇੱਕ ਛੋਟਾ ਜਿਹਾ ਵੈਪਰ ਲਵਾ ਲਾ, ਇੰਜ ਕਰਕੇ ਟਿਊ 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 ਟਿਊ। ਵੈਪਰ ਮੈਂ ਲਵਾਇਆ, ਮੈਂ ਭੁੱਲ ਕੇ ਲਵਾ ਬੈਠਾ ਰਕਸ਼ੇ ਵਾਲਾ। ਅੱਛਾ, ਤੂੰ ਸਿਰਫ ਫੜ ਕੇ ਹਿਲਾਉਣਾ, ਟਿਊ 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 ਟਿਊ। ਭੋਲੇ ਨਾਲ ਗੱਦ ਗੱਲ, ਭੋਲੇ ਨਾਲ ਗੱਦ ਗੱਲ। ਇਧਰਾ ਇਹਦੇ ਕੋਲ ਨਹੀਂ ਖਲੋਣਾ ਚਵਲ ਜੇ ਆਦਮੀ, ਨਹੀਂ ਤੂੰ ਮੈਨ ਵੱਲ ਕਿਉਂ ਲਵਾਇਆ? ਆਪਣੇ ਪਹਿਲੀ ਗੱਲ ਹੀ ਮਾੜੀ ਮਾੜੀ ਗੱਲ ਕਿੱਥੇ ਸ਼ਾਦੀ ਕਰਨੀ? ਅੱਬੇ ਨੂੰ ਮਨਾਓ ਸ਼ਾਦੀ ਤੇ, ਜਿਸ ਲਈ ਅੱਬੇ ਤੁਹਾਡੀ ਸ਼ਾਦੀ ਹੋ ਜਾਏਗੀ, ਤੁਹਾਨੂੰ ਪੈਸੇ ਦੇਵੇ ਦੇਵੇ, ਅਗਲਾ ਮੇਰਾ ਕੰਮ। ਅੱਛਾ ਜੀ, ਤੁਸੀਂ ਹੁਣ ਸਮਝੋ ਕਿ ਤੁਹਾਡਾ ਮਸਲਾ ਇਹ ਹੋਏਗਾ। ਤੇ ਅੱਬੇ ਦਾ ਵਿਆਹ ਕਰੀਏ ਕਿੱਥੇ? ਕਿਹੜੀ ਔਰਤ ਨੂੰ? ਔਰਤ ਹੈ ਨਹੀਂ, ਨਹੀਂ ਰਿਸ਼ਤੇ ਪੋਲਾ ਔਰਤ ਲਿਆਏਗਾ ਪਿੰਡ ਚ, ਬੇਵਾ ਔਰਤ ਆ। ਅੱਛਾ ਜੀ, ਉਹ ਵੀ ਬੇਵਾ ਨਹੀਂ, ਅੱਬੇ ਨੂੰ ਕੁਝ 16 ਸਾਲ ਦੀ ਚਾਹੀਦੀ, ਬੇਵਾ ਨਹੀਂ। ਲੱਕ ਪਤਲਾ ਹੋਵੇ। ਅੱਬਾ ਕਹਿੰਦਾ ਅੱਬੇ ਦੀ ਉਮਰ ਕਿੰਨੀ ਹੈ? ਅੱਬੇ ਦੀ 63 ਸਾਲ ਤੇ ਚਾਹੀਦੀ ਉਹਨੂੰ 16 ਸਾਲ ਦੀ। ਹਾਂ ਜੀ, ਨਿਕਾਹ ਕਰਨਾ, ਗੋਦ ਲੈਣੀ ਆ। ਅੱਬੇ ਯਾਰ, ਤੂੰ ਸੋਹਣੀ ਤੇ ਹੋਵੇ ਨਾ। ਸੋਹਣੀ ਹੋਏਗੀ ਯਾਰ, 40-42 ਸਾਲ ਏਜ ਆ। ਅੱਛਾ, ਬਿੱਲੀਆਂ ਅੱਖਾਂ ਹੋਣ। ਤੁਹਾਡੇ ਪਿਓ ਨੇ ਵਿਆਹ ਕਰਨਾ, ਸਾਲੇ ਛਿੱਛੜੇ ਪਾਉਣੇ, ਬਿੱਲੀਆਂ ਅੱਖਾਂ। ਚਲੋ ਠੀਕ ਯਾਰ, ਸੋਹਣੀ ਤੇ ਹੋਵੇ ਨਾ। ਸੋਹਣੀ ਹੋਏਗੀ। ਤੁਹਾਡੇ ਪਿੰਡ 'ਚ ਕੋਈ ਐਸੀ ਔਰਤ ਹੈ ਜਿਹਦੀਆਂ ਅੱਖਾਂ ਤੇਰੇ ਵਰਗੀਆਂ ਹੋਣ? ਹਾਏ ਹੈ, ਜਿਹਦੀਆਂ ਬੁੱਲੀਆਂ ਤੇਰੇ ਵਰਗੀਆਂ ਹੋਣ? ਹਾਏ, ਜਿਹਦਾ ਨੱਕ ਤੇਰੇ ਵਰਗਾ ਹੋਵੇ? ਉਹ ਨਾ ਲੈ ਕੇ ਆਈ ਤੇਰੇ ਨੈਣ ਲਕਸ਼ਮੀ। ਔਰਤ ਆਏਗੀ, ਸਾਡਾ ਖਰਚਾ ਕਿਵੇਂ ਲੱਗੇਗਾ? $16,000 ਰੁਪਈਆ ਤੁਹਾਡਾ ਲੱਗੇਗਾ, 50,000। ਨਹੀਂ ਯਾਰ, 50,000 ਜ਼ਿਆਦਾ ਹੈ। ਨਹੀਂ, 50,000 ਦੰਦ ਨਾ ਹੋਣ, ਸਦਕੇ ਤੁਹਾਡੇ ਨਾ ਉਹ ਦੰਦੀ ਵੱਢ ਸਕੇ। ਅੱਛਾ, ਇਹ ਦੱਸ ਕੇ 50,000 ਹੁਣ ਪੂਰਾ ਹੀ? 50,000 ਤੋਂ 1 ਰੁਪਈਆ ਘੱਟ ਨੀ। ਔਰਤ ਲਿਆਵਾਂਗਾ ਮੈਂ, ਔਰ ਉਸ ਔਰਤ ਨੇ ਜਦੋਂ ਮੈਂ ਕਰਾ ਦੇਗਾ ਤੁਹਾਡੇ ਅੱਬੇ ਦਾ ਨਿਕਾਹ। ਅੱਛਾ, ਉਹ ਔਰਤ ਨੂੰ ਮੈਂ ਪੜ੍ਹਾਵਾਂਗਾ। ਉਹ ਔਰਤ ਤੁਹਾਡੇ ਅੱਬੇ ਨੂੰ ਕਹੇਗੀ ਕਿ ਜੀ, ਜਾਇਦਾਦ ਪ੍ਰਾਪਰਟੀ ਹਰ ਚੀਜ਼ ਆਪਣੇ ਬੱਚਿਆਂ ਦੇ ਨਾਂ ਕਰ। ਓ ਜੀ, 50,000 ਥੋੜਾ ਹੈ। 50,000 ਵੀ ਥੋੜਾ ਦਿਓ ਪੈਸੇ। ਪਤਾ ਤੂੰ ਕਿੰਨੇ ਪੈਸੇ ਪੈਸੇ ਦੇ ਹੋਏ? ਐਲ ਫੜ ਲੈ, ਲੈ ਕੇ ਆ ਫਟਫਟ ਜਾ ਮੇਰਾ ਪੁੱਤਰ, ਸ਼ਾਬਾਸ਼। ਆ 200? ਹਾਂ ਹਾਂ, ਉਹ ਸਾਲਿਓ ਜਿਹੜੀ ਲੈ ਕੇ ਆਉਣੀ, ਮੈਂ ਉਹਦਾ ਪੈਂਚਰ ਲਵਾਉਣਾ। 250 ਹੋ ਗਿਆ।
ਨੌ ਵੱਡੇ ਹੋਣ, ਨੌ ਵੱਡੇ ਅੱਬੇ ਨੇ ਖਾਰਿਸ਼ ਕਰਾਉਣੀ ਹੈ। ਇਹ ਕਿੰਨੇ? 350। ਅੱਲਾ ਯਾਰ, 400 ਰੁਪਇਆ ਹੋ ਗਿਆ ਤੇ ਕੁੜੀ ਦੇ ਵਾਲ ਵੀ ਵੱਡੇ ਹੋਣ। ਇੱਥੋਂ ਤੱਕ ਹੋਣ, ਇੱਥੋਂ ਤੱਕ ਵਾਲ, ਇੱਥੇ ਤੱਕ, ਇੱਥੇ ਤੱਕ, ਇੱਥੇ ਤੱਕ। ਹਾਂਜੀ, ਅੱਬੇ ਨੇ ਪਿੱਛੋਂ ਘੋੜੀ ਬਣਾਉਣੀ ਹੈ ਯਾਰ। ਅੱਬੇ ਨੂੰ ਇੱਥੇ ਤੱਕਰ ਵਾਲ, ਓਏ ਇੱਥੇ ਤੱਕਰ ਯਾਰ, ਕਿਹੜੇ ਵਾਲ ਹੁੰਦੇ ਆ ਸਾਲਿਓ? ਪਾਗਲ ਬਣਾਇਆ ਤੁਸੀਂ ਐ ਪੈ ਪੈਸੇ ਮੈਂ ਨਹੀਂ। ਓਏ ਯਾਰ ਨਹੀਂ ਯਾਰ, ਯਾਰ ਛੱਡੋ ਯਾਰ। ਓਏ ਯਾਰ, ਆਪਣੇ ਵਰਗੇ ਤੂੰ ਵੀ ਗੱਲ ਕਰ ਲੰਗਦਾ ਹੋ। ਚੱਲ ਵਾਲ ਰਹਿਣ ਦੇ, ਆਪਣੇ ਵਰਗੀ ਤੂੰ ਗੰਜੀ ਮੰਜੀ ਲੈ। ਬਾ ਠੀਕ ਆ। ਐ ਕਿੰਨੇ ਆ? ਇਹ 400 ਰੁਪਇਆ। 400? ਹਾਂ ਫੜ। ਕਿਉਂ? ਚਲਾ ਇਕੱਠੇ ਲਿਆਉਣੇ ਯਾਰ ਜਾ ਕੇ। ਓ ਜਾ, ਆਪ ਲੈ ਗਿਆ ਬਾਹਰ ਵੱਡੇ ਹੋਣ। ਭਾਈ ਮੈਂ ਤੁਹਾਡੇ, ਤੁਸੀਂ ਹੁਣ ਅੱਬੇ ਨੂੰ ਮਨਾਉਣਾ ਤੁਸੀਂ ਹੈ ਯਾਰ? ਅੱਬੇ ਨੂੰ ਕੌਣ ਮਨਾਏਗਾ? ਤੁਸੀਂ? ਹਾਂ, ਅੱਬੇ ਨੂੰ ਮੈਂ ਮਨਾ ਲਾਂ। ਅੱਬੇ ਨੂੰ ਤੁਸੀਂ ਮਨਾਉਣਾ? ਨਹੀਂ, ਅਸੀਂ ਤਾਂ ਮੁੰਡੇ ਆ, ਉਹਦੇ ਪੁੱਤਰਾਂ ਅਸੀਂ ਕਿਵੇਂ ਮਨਾਉਣਾ? ਔਰਤ ਲੈ ਕੇ ਮੈਂ ਇੰਜ ਗਿਆ ਤੇ ਆਇਆ। ਅੱਛਾ, ਹਾਂ ਅੱਬਾ ਬਣਾ ਕੇ ਮੈਂ ਆ ਗਏ ਅਜੇ ਤੱਕ ਗਿਆ ਹੀ। ਅੱਛਾ, ਮੈਂ ਸਮਝਿਆ ਗਿਆ ਤੇ ਅੱਬੇ ਨੂੰ ਮਨਾ ਲਓ, ਤੁਹਾਡੀ ਜ਼ਿੰਦਗੀ ਸਵਰ ਜਾਏਗੀ। ਓਕੇ ਹੋ ਗਿਆ, ਜਾਓ ਮਨਾਓ, ਅੱਬੇ ਨੂੰ ਮਨਾਓ, ਤੁਸੀਂ ਮਨਾਓ। ਅੱਛਾ, ਅੱਬੇ ਦਾ ਮਨਾ ਜਾ ਕੇ ਅੱਬੇ ਦੇ ਅੱਗੇ ਇੰਜ ਫਿਰੀ ਆਪ ਹੀ ਮਨ ਜਾਏਗਾ। ਚਲੋ ਠੀਕ ਹੈ, ਅੱਧਾ ਮੱਲਾ ਮਨਾ ਲਿਆ ਤੇ ਅੱਬਾ ਨਹੀਂ ਮਨਾਇਆ। ਬਾਪਾ ਬਾਪੂ ਕੀ ਗੱਲ ਹੈ ਡੈਡੀ? ਖੈਰ ਪੁੱਤਰ, ਮੈਂ ਸ਼ਤਰੰਜ ਖੇਡ ਰਿਹਾ ਸਾਂ, ਮਤਲਬ ਮੇਰਾ ਮਤਲਬ ਸਿਆਣਾ ਪਿਆ ਨੇ, ਜਾਨ ਦਿੱਤੀ ਘੁੰਮਣ ਸਾਹਿਬ ਤੇ, ਜਾਨ ਦਿੱਤੀ ਅਸੀਂ। ਹਾਂ ਬਈ, ਕਿਉਂ ਬੁਲਾਇਆ? ਖੈਰ ਜਾਣਦੇ ਤੁਹਾਨੂੰ ਨਾ, ਦਿਲ ਤੇ ਹੱਥ ਰੱਖ ਕੇ ਅੱਬੂ ਕਹਿਣਾ ਪੈਂਦਾ। ਪੁੱਤਰ, ਅਸੀਂ ਦੋਵੇਂ ਅੰਦਰ ਜੱਸੂ ਪੰਜਾ ਖੇਡ ਰਹੇ ਸਾਂ, ਹੁਣ ਮੇਰੀ ਵਾਰੀ ਸਿਰੋਂ ਚਪੇੜਾ ਮਾਰ। ਇੱਕੋ ਨਾ ਮੈਂ ਡਾਕਟਰ ਦੁਕਾਨ ਖੋਲ ਲਈ ਪਿੰਡ 'ਚ। ਅੱਛਾ ਜੀ, ਤੇ ਮੇਰਾ ਦੋਸਤ ਹੀ ਕਹਿੰਦਾ ਮੈਂ ਤੈਨੂੰ ਫੇਲ ਕਰਨਾ। ਮੈਂ ਕਿਹਾ ਫੇਲ ਕਰ ਲਾ ਵੀ, ਤੂੰ ਆਇਆ ਮਰੀਜ਼ ਬਣ ਕੇ, ਕੀ ਹੋਇਆ ਜੀ? ਮੈਂ ਗਿਆ, ਕਹਿੰਦਾ ਜੀ ਮੇਰੇ ਮੂੰਹ ਦਾ ਜ਼ਾਇਕਾ ਖਰਾਬ ਹੋ ਗਿਆ ਜੀ, ਨਾ ਮੈਨੂੰ ਮੇਥੀ ਦਾ ਪਤਾ ਲੱਗਦਾ, ਗੋਭੀ ਦਾ ਪਤਾ ਲੱਗਦਾ। ਮੈਂ ਕਿਹਾ ਕੰਪਾਊਡਰ 9 ਨੰਬਰ ਸ਼ੀਸ਼ੀ ਲੈ ਕੇ ਆਓ, ਮੈਂ ਕਿਹਾ ਖੋਲ ਥੋੜੀ ਪੀਓ ਜੀ। ਇਹਨਾਂ ਪੀਤੀ, ਕਹਿੰਦੇ ਉਹ ਇਹ ਤਾਂ ਮਿੱਠੀ ਦਾ ਤੇਲ। ਮੈਂ ਕਿਹਾ ਲਓ ਤੁਹਾਡੇ ਮੂੰਹ ਦਾ ਜ਼ਾਇਕਾ ਵਾਪਸ ਆ ਗਿਆ। ਫਿਰ ਭੇਸ ਬਦਲ ਕੇ ਫਿਰ ਮਰੀਜ਼ ਬਣ ਕੇ ਆਏ। ਮੈਂ ਕਿਹਾ ਕੀ ਗੱਲ ਹੈ? ਕਹਿੰਦਾ ਜੀ ਮੇਰੀ ਯਾਦਾਸ਼ਤ ਖੋ ਗਈ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਕੰਪਾਊਡਰ 9 ਨੰਬਰ ਸ਼ੀਸ਼ੀ ਲਾਓ। ਕਹਿੰਦਾ ਜੀ ਉਹ ਤੇਲ ਵਾਲੀ? ਮੈਂ ਕਿਹਾ ਲਓ ਯਾਦਾਸ਼ਤ ਵੀ ਵਾਪਸ ਆ ਗਈ। ਕਿਆ ਗੇਮਾਂ ਖੇਡੀਆਂ ਚਾਚੀ? ਯਾਰ ਦੋਸਤਾਂ ਨੇ ਬੜੀ ਅੱਛੀ ਜ਼ਿੰਦਗੀ ਗੁਜ਼ਾਰੀ। ਅੱਬੂ ਮਾਨ ਨਾਲ ਤੁਸੀਂ ਅੱਜ ਮੈਨੂੰ ਕਿੱਡੇ ਸੋਹਣੇ ਲੱਗਦੇ ਹੋ, ਵੇਖੋ ਅੱਬਾ ਜੀ ਲੜਕੇ ਲੱਗ ਰਹੇ। ਮੈਚਿੰਗ ਕੀਤੀ ਹੈ? ਕੀ ਬਾਤ ਹੈ! ਉਹ ਮੇਰਾ ਯਾਰ ਸ਼ੁਰੂ ਤੋਂ ਹੀ ਰਾਂਝਾ ਹੈਗਾ, ਰਾਂਝਾ। ਅੱਜ ਤੇ ਲਾਕ ਦੀ ਇਹਨਾਂ ਦੀ ਆਦਤ ਨਹੀਂ ਜਾਂਦੀ। ਅੱਛਾ, ਇਹ ਕੱਲ ਓਰੇਂਜ ਟ੍ਰੇਨ 'ਚ ਬਹਿ ਕੇ ਤੇ ਨਾਲ ਦੇ ਮੁਸਾਫਰ ਕਹਿ ਰਹੇ ਸਨ, ਇਹ ਸੱਖਰ ਆਵੇ ਤੇ ਮੈਨੂੰ ਉਠਾ ਦੇ। ਸੱਖਰ ਯਾਰ ਕਿੱਥੇ ਜਾਣੀ? ਅੱਜ ਲਾੜੇ ਲੱਗ ਰਹੇ ਮੈਨੂੰ ਲਾੜੇ। ਓਏ ਬਕਵਾਸ ਨਾ ਕਰੋ, ਸਾਡੀ ਉਮਰ ਕੋਈ ਲਾੜੇ ਲੂੜੇ ਵਾਲੀ ਹੈ? ਜੀ ਤੁਸੀਂ ਅਗਰ ਵਿਆਹ ਲਈ ਅਚਕਨ ਪਾਈ ਹੋਵੇ ਨਾ, ਹਾਏ ਇਮਾਨ ਨਾਲ ਲਾੜੇ ਲੱਗੋ। ਓ ਨਹੀਂ ਪੁੱਤਰ, ਹੁਣ ਕਿੱਥੇ ਅਚਕਨ ਨੂੰ? ਚਲੋ ਬੱਚੇ ਕਹਿ ਰਹੇ ਤੇ ਕਰ ਲਓ, ਅਸੀਂ ਵੀ ਭਰਜਾਈ ਦੇ ਹੱਥੀ ਰੋਟੀਆਂ ਖਾ ਲਾਂਗੇ। ਹਾਂ ਹਾਂ, ਕਰ ਲਓ, ਕਰ ਲਓ, ਵਿਆਹ ਕਰ ਲਓ ਅੱਬੂ ਜੀ। ਅਸੀਂ ਕੀ ਵਿਗੜਿਆ? ਡੁੱਲਿਆ ਮੇਰਾ ਦਾ ਕੀ ਵਿਗੜਿਆ? ਠੀਕ ਹੈ ਅੱਬੂ ਜੀ, ਅਸੀਂ ਅੱਬੂ ਜੀ ਵਿਆਹ ਕਰ ਲਓ, ਮੈਨੂੰ ਅੰਮੀ ਬੜੀ ਯਾਦ ਆ ਰਹੀ ਹੈ। ਇਹ ਮਿਆਣੀ ਸਾਹਿਬ ਪਈ ਜਾ ਕੇ ਮਿਲਿਆ ਬੜਾ ਕਰਦਾ ਕਿ ਅੱਜ ਕਰਕੇ ਮੈਂ ਘੋੜੀ ਤੇ ਚੜਾ, ਅੱਗੇ ਘੋੜੀ ਦੇ ਇੱਥੇ ਕਰਕੇ ਮੈਂ ਦੁੱਧ ਦਾ ਗਲਾਸ ਵੀ ਰੱਖਿਆ, ਘੋੜੀ ਹਲਕੀ ਹਲਕੀ ਹਿੱਲੇ, ਦੁੱਧ ਦਾ ਗਲਾਸ ਨਾ ਡੁੱਲੇ, ਫਿਰ ਘੋੜੀ ਘੋੜੀ ਹੋਈ ਨਾ। ਯਾਦ ਤੁਹਾਨੂੰ ਪਿੰਡ ਚੋਰੀ
ਦਾ ਕੇਸ ਬਣ ਗਿਆ ਸੀ ਮੇਰੇ ਤੇ ਯਾਰ। ਯਾਦ ਹੈ ਜਦੋਂ ਤੁਹਾਡਾ ਮੂੰਹ ਚਿੱਟਾ ਕਰਕੇ ਉਹਨੇ ਤੁਹਾਨੂੰ ਖੋਤੇ ਤੇ ਬਿਠਾਇਆ? ਚਿੱਟਾ ਕਿਉਂ, ਚਿੱਟਾ ਕਿਉਂ ਕੀਤਾ? ਉਹ ਪੁੱਤਰ ਕਾਲਾ ਤੇ ਪਹਿਲਾਂ ਹੀ ਸੀ ਨਾ, ਹੋਰ ਕਿਹੜਾ ਕਰ। ਮੈਂ ਨਹੀਂ ਡਰਿਆ, ਖੋਤੇ ਤੇ ਬੈਠਾ ਮੈਂ, ਪਿੰਡ ਵੇਖ ਰਿਹਾ। ਤੁਹਾਨੂੰ ਪਤਾ ਫਿਰ ਬਹਾਦਰ ਚਾਚਾ ਤੁਹਾਡਾ ਹੈ, ਮੇਰੇ ਘਰ ਦੇ ਗਲੀ ਦੀ ਨੁੱਕਰ ਤੇ ਖਲੋ ਕੇ ਰੋ ਰਹੇ। ਮੈਂ ਫਿਰ ਬਹਾਦਰ ਮੈਂ ਚੱਲਿਆ ਰੋਂਡ, ਜਾਂ ਘਰ ਜਾ ਕੇ ਰੋਟੀ ਬਣਾਓ, ਇਹ ਦੋ ਤੇ ਗਲੀਆਂ ਰਹਿ ਗਈਆਂ। ਗੱਲ ਸੋਚਣ ਵਾਲੀ ਇਹ ਵੇ, ਜੋ ਮੇਰੀ ਉਮਰ ਹੈ ਇਸ ਉਮਰ ਚ ਮੈਨੂੰ ਰਿਸ਼ਤਾ ਕੌਣ ਦੇ? ਮੈਂ ਆਪਣੀ ਸਾਲੀ ਨਾਲ ਗੱਲ ਕਰਨਾ, ਉਹ ਮੈਨੂੰ ਰਿਸ਼ਤਾ ਦੇ ਦੇਣਗੇ। ਉਹ ਜਿੰਨਾ ਮੈਨੂੰ ਦੇਤਾ ਤੁਹਾਨੂੰ ਦੇਣਗੇ। ਆਪਣੇ ਅੱਬੇ ਦੇ ਜਨਾਜ਼ੇ ਤੇ ਰੌਲਾ ਪਾ ਲਿਆ, ਕਹਿੰਦਾ ਮੈਂ ਕੱਲੇ ਨੇ ਚੁੱਕਣਾ। ਕੱਲਾ ਨੀ ਚੁੱਕ ਸਕਦਾ ਬਾਦਲ ਸਾਹਿਬ ਨੇ। ਹੋਰ ਸੁਣਾਓ, ਖੈਰ ਉਹ ਸਰ ਸ਼ਾਦੀ ਦੇ ਸਿਲਸਿਲੇ ਹਾਜ਼ਰ ਹੋਇਆ? ਹਾਂਜੀ, ਸਾਡੀ ਅਜੇ ਕੁੱਤੀ ਨਹੀਂ ਸੂਈ ਤੇ ਉਹਦਾ ਇਲਾਜ ਕਰਾਓ। ਮੈਂ ਕਿੰਨੀ ਕੁ ਦੇਰ ਵਿਹਲਾ ਰਵਾਂ? ਪਹਿਲੇ ਇੱਕ ਮੋਟਾ ਆਇਆ ਸੀ, ਹੁਣ ਇਹ ਆ ਗਿਆ। ਭਾਈ ਆਏ ਕਿੱਧਰ? ਭਾਈ ਸ਼ਾਦੀ ਲਈ ਆਏ। ਤੁਸੀਂ ਆਪਣੀ ਗੱਲ ਦੇ? ਨਹੀਂ, ਮੇਰੀ ਤੇ ਹੋ ਚੁੱਕੀ ਆ, ਘਰੋਂ ਤੇ ਪਤਾ ਕਰੋ ਜਾ ਕੇ। ਹੁਣ ਤੇ ਬੱਚੇ ਵੀ ਮਾਸ਼ਾਅੱਲਾ ਕਾਫੀ ਹੋ ਗਏ ਨੇ। ਮੇਰੀ ਕਜ਼ਨ ਆਈ ਨਾਲ ਜੀ। ਅੱਛਾ, ਕਜ਼ਨ ਤੁਹਾਡੀ ਨਾਲ ਹੈ? ਆਹੋ ਕਜ਼ਨ। ਆਹ ਆਪਣੀ ਅੰਮੀ ਦੀ ਟਿੰਡ ਕਰਤੀ। ਮੈਂ ਕਿਹਾ ਕੀ ਕਹਿੰਦਾ ਗਜਨੀ? ਇਹਨੇ ਆਪਣੀ ਅੰਮੀ ਦੀ, ਇਹਨੇ ਵੀ ਆਪਣੀ ਅੰਮੀ ਦੀ ਟਿੰਡ ਕਰਤੀ। ਮੈਂ ਕਿਹਾ ਇਹ ਕੀ ਕਹਿੰਦਾ ਬਜਣੀ? ਓਏ ਮੇਰੇ ਆ ਜਾ, ਤਾੜੀਆਂ ਮਾਰੋ ਯਾਰ, ਇਹਨਾਂ ਦੀ ਕਜ਼ਨ ਆ ਜੀ। ਤੇਰੀ ਸ਼ਾਦੀ ਕਰਨੀ ਆ, ਕੰਮ ਚੁੱਕ ਕੇ ਰੱਖਣਾ, ਪਤਾ ਨਾ ਲੱਗੇ। ਜਾਨੀ ਇੰਜ ਨਾ ਕਰ, ਸ਼ਾਦੀ ਦੀ ਗੱਲ ਜਦੋਂ ਵੀ ਕਿਸੇ ਕੁੜੀ ਨਾਲ ਹੁੰਦੀ ਉਹ ਸ਼ਰਮਾ ਜਾਂਦੀ। ਮੈਨੂੰ ਸ਼ਰਮ ਆ ਰਹੀ ਏ। ਅਜੇ ਪਹਿਲਾ ਹੈ, ਅਜੇ ਤੇ ਪਹਿਲਾ ਸ਼ਾਦੀ ਆ ਜਾਨੀ। ਅਜੇ ਤੇ ਪਹਿਲੀ ਸ਼ਾਦੀ ਮੋਸਤਰਮਾ। ਅੱਛਾ, ਇਹ ਮੇਰੀ ਕਜ਼ਨ ਆ, ਮਾਸ਼ਾਅੱਲਾ ਮਾਸ਼ਾਅੱਲਾ, ਇਤਨੀ ਪਿਆਰੀ, ਅੱਲਾ ਦੀ ਦੇਣ, ਇਤਨੀ ਖੂਬਸੂਰਤ ਔਰ ਮਾਡਲ ਲੱਗ ਰਹੀ ਹੈ ਆਪ। ਹਾਂਜੀ, ਆਪਕਾ ਨਾਮ ਕਿਆ ਹੈ? ਪਿੰਕੀ। ਓ ਪਿੰਕਾ, ਤੁਸੀਂ ਕੌਣ? ਬੰਟਾ ਆ ਜਾ ਨਾ, ਆਹੀ ਦਿਨ ਦੱਸਾਂ। ਕਿਸ਼ਤਾਂ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਭਾਜੀ ਫਰਿੱਜ ਹੈ? ਉਹਨਾਂ ਕਹਿ ਜੀ ਹੈ। ਕਹਿੰਦਾ ਇਹ ਚੋਂ ਬਰਫ ਵਾਲਾ ਕੌਲਾ ਕੱਢ ਦਿਓ। ਮੈਂ ਵੀ ਖਜਲ ਹੋਣ ਡਿਆ ਜੀ। ਮੈਂ ਭਾਜੀ, ਤੁਸੀਂ ਅੰਦਰ ਚੱਲਿਓ, ਮੇਰੀ ਗੱਲ ਬਣ ਜਾਣੀ ਆ ਜੀ। ਤੋ ਆਪਣੇ ਸ਼ਾਦੀ ਕਿਸੇ ਕਰਨੀ ਹੈ? ਮੈਂ ਤੇ ਅਨਵਰ ਨਾਲ ਸ਼ਾਦੀ ਕਰਨੀ ਹੈ। ਕਿੱਥੇ? ਓਏ ਅਨਵਰ, ਚਾਵਾਂ ਫੜ ਯਾਰ। ਦੋ ਐਸਾ ਬੁਲਾ ਰਹਾ। ਚਾਵਾਂ ਕਿੰਨੀਆਂ? ਦੋ। ਤੂੰ ਨਹੀਂ ਪੀਣੀ?
ਪਿਸ਼ਾਵਰ ਦਾ ਚੱਕਰ ਲਾ ਕੇ ਆਇਆ ਦੱਸੋ ਕਹਿ ਕੌਣ ਰਿਹਾ ਪਿਸ਼ਾਵਰ ਚ ਭੈਣਾਂ ਨੀ ਮੇਰੀ ਕਜ਼ਨ ਆ ਅੱਛਾ ਅੱਛਾ ਖਲੋਤੇ ਜਹਾਜ਼ ਚ ਬੈਠ ਕੇ ਕਹਿੰਦਾ ਮੈਂ ਬਾਹਰ ਜਾਣਾ ਉਹ ਭਾਈ ਕਹਿੰਦਾ ਜੇ ਜਹਾਜ਼ ਤੂੰ ਬੈਠਾ ਇਹਨੇ ਅੰਦਰ ਜਾਣਾ ਠੀਕ ਹੈ ਭਾਜੀ ਖਲੋਤੇ ਜਹਾਜ਼ ਚ ਬੈਠ ਕੇ ਕਹਿੰਦਾ ਮੈਂ ਕਿਹਾ ਹਾਂਜੀ ਕੀ ਕਿਹਾ ਖਲੋਤੇ ਜਹਾਜ਼ ਚ ਬੈਠ ਕੇ ਅੱਛਾ ਕਹਿੰਦਾ ਮੈਂ ਬਾਹਰ ਜਾਣਾ ਅੱਛਾ ਉਹ ਭਾਈ ਉਹਨੇ ਕੀ ਕਿਹਾ ਅੱਗੋਂ ਉਹ ਕਹਿੰਦਾ ਜੇ ਜਹਾਜ਼ ਤੂੰ ਬੈਠਾ ਇਹਨੇ ਅੰਦਰ ਜਾਣਾ ਇਹ ਉਹਨੇ ਕਿਹਾ ਹਾਂਜੀ ਕੀ ਕਿਹਾ ਕੀ ਸੀ ਉਹਨੇ ਕਿਹਾ ਜਿਸ ਜਹਾਜ਼ ਦੇ ਵਿੱਚ ਤੂੰ ਬੈਠਾ ਇਹਨੇ ਅੰਦਰ ਜਾਣਾ ਇਹ ਉਹਨੇ ਮੈਨੂੰ ਕਿਹਾ ਜੇ ਹਾਂ ਤੂੰ ਉੱਥੇ ਕੀ ਕਰਨ ਡਿਆ ਹਾਂ ਤੈਨੂੰ ਗੱਲ ਕੀਤੀ ਆ ਨਹੀਂ ਉਹ ਸ਼ਾਦੀ ਤੁਹਾਡੀ ਹੋਣੀ ਆ ਉਹ ਵੱਡੇ ਅੰਮੀ ਨੀ ਮੇਰੀ ਕਜ਼ਨ ਮੇਰੀ ਬਾਬੀ ਮੈਂ ਛੇਤੀ ਓਏ ਆਪਣੀ ਅੰਮੀ ਲੈ ਉਹ ਮੇਰੀ ਕਜ਼ਨ ਆ ਮੈਂ ਚਾਨੋ ਆ ਨਹੀਂ ਉਹ ਗਲੇਲ ਮੂੰਹ ਹੈ ਅੱਛਾ 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 ਪਛਾਣਿਆ ਜੀ ਜਾਨੀ ਹੈ ਕੌਣ ਹੈ ਨਿਓਲਾ ਜਿਆ ਐ ਲੈ ਮਾਸ਼ਾਅੱਲਾ ਨਿਓਲਾ ਉਹ ਕੀ ਗਿਆ ਇਹਨੇ ਨਿਓਲਾ ਮੈਨੂੰ ਨਹੀਂ ਸੀ ਪਤਾ ਲੱਗਣਾ ਜੀ ਉਹਨਾਂ ਦੱਸਦੀ ਹਾਂਜੀ ਹੋਰ ਸੁਣਾਓ ਠੀਕ ਐ ਮਾਸ਼ਾਅੱਲਾ ਐ ਅੱਛਾ ਇਹਨਾਂ ਨੂੰ ਪਸੰਦ ਕਰਨ ਦੀ ਕੋਸ਼ਿਸ਼ ਕਰਨੀ ਹੈ ਐ ਵੇਖ ਲਓ ਮਾਸ਼ਾਅੱਲਾ ਬਾਬੀ ਹੈ ਤੇ ਸੋਹਣੀ ਹੈ ਕੈਸੀ ਪਸੰਦ ਆਈ ਹੈ ਮੈਂ ਤੇ ਕਰ ਅੱਛਾ ਵਿਆਹ ਨਹੀਂ ਲੈ ਕੇ ਆਏ ਸ਼ਾਦੀ ਦੇ ਹਾਜ਼ਰ ਹੋਏ ਹਾਂ ਨਹੀਂ ਨਹੀਂ ਐ ਹਲੇ ਥਲੇ ਰੱਖੋ ਉਹ ਤੇਰੀ ਸੈਂਸ ਤੇ ਲਾਣਾ ਤੋਂ ਪਾਰਟੀ ਜਿਲਤ ਹੁੰਦੀ ਆ ਓਏ ਅੱਲਾ ਦੇ ਬੰਦਿਆ ਪਹਿਲੀ ਮੁਲਾਕਾਤ ਤੇ ਤੇ ਨਹੀਂ ਨਾ ਬੰਦਾ ਪੈ ਮੇਰੀ ਕਜ਼ਨ ਆਈ ਇਹ ਮੁੰਡੇ ਕਿੱਡਾ ਸੋਹਣਾ ਮੇਰੀ ਜ਼ਿੰਦਗੀ ਮੇਰੀ ਜਾਨ ਮੇਰੀ ਦੁਨੀਆ ਇੰਨੀਆਂ ਸੋਹਣੀਆਂ ਅੱਖਾਂ ਇੰਨਾ ਪਿਆਰਾ ਲੰਬਾ ਨੱਕ ਇੰਨੀਆਂ ਸੋਹਣੀਆਂ ਮੁੱਛਾਂ ਲਓ ਜੀ ਮੈਨੂੰ ਕਿਸੇ ਸਿਆਣੇ ਨੇ ਕਿਹਾ ਸੀ ਔਰਤਾਂ ਨੱਕ ਤੋਂ ਹੀ ਸਾਫ ਲਾਉਂਦੀਆਂ ਨੇ ਵੀ ਜਿਹਦਾ ਨੱਕ ਲੰਮਾ ਨਾ ਕੀ ਏ ਅੱਛਾ ਕੀ ਕਿਹਾ ਭਾਜੀ ਵੀ ਜਿਹੜਾ ਨੱਕ ਲੰਮਾ ਉਹਦਾ ਸਿਰ ਵੀ ਲੰਮਾ ਹੋਏਗਾ ਕੰਨ ਵੀ ਲੰਮੇ ਹੋਣਗੇ ਇਹ ਕਿਹਨੇ ਕਿਹਾ ਤੈਨੂੰ ਸਿਆਣਿਆਂ ਨੇ ਸਿਆਣੇ ਤੈਨੂੰ ਟੱਕਰਦੇ ਨੇ ਵਿਹਲੇ ਬੈਠੇ ਛੋਟਾ ਭਾਈ ਹੈ ਛੋਟਾ ਨਹੀਂ ਹੈ ਮਤਲਬ ਕਦ ਮੇਰੇ ਜਿਹੜਾ ਹੀ ਉਮਰ ਸੋਹਣਾ ਕਿ ਨਹੀਂ ਮੈਂ ਕਹਿੰਦਾ ਤੁਸੀਂ ਵੇਖੋਗੇ ਨਾ ਝੂਠ ਹੀ ਨਹੀਂ ਬੋਲਦਾ ਇਹਨੂੰ ਮੈਂ ਸ਼ਵਾਰਮਾ ਲੈ ਕੇ ਦਿੱਤਾ ਚੂਪਣ ਲੱਗ ਪਿਆ ਇਹਦੇ ਸਾਹਮਣੇ ਅੱਛਾ ਉਹਦੇ ਕੋਲ ਮਾਲ ਮੂਲ ਹੈ ਫਿਰ ਜਲਦੀ ਬੁਲਾਓ ਇੰਤਜ਼ਾਰ ਕਿਉਂ ਕਰਵਾ ਰਹੇ ਹੋ ਬੁਲਾਓ ਭਾਈ ਵੱਡੇ ਭਾਈ ਨੂੰ ਬੁਲਾਓ ਅੱਛਾ ਉਹਦਾ ਕਿਵੇਂ ਵਿਆਹ ਦਾ ਕਿਹਾ ਨਾ ਮੈਂ ਤੁਹਾਡੀ ਮਾਂ ਦੇ ਬੈੱਡ ਉੱਤੇ ਜੰਮ ਮਾਰੇ ਮੈਨੂੰ ਥੋੜਾ ਥੋੜਾ ਵਿਆਹ ਯਾਦ ਆ ਗਿਆ ਅੱਛਾ ਜੀ ਭਾਈ ਜੀ ਸਲਾਮ ਅਲੈਕਮ ਲੜਕੀ ਆ ਗਈ ਹੈ ਕਿੱਥੇ ਲੜਕੀ ਹੈ ਕੀ ਹੈ ਨਹੀਂ ਨਹੀਂ ਮੈਂ ਨਹੀਂ ਮੈਨੂੰ ਕਬੂਲ ਹੈ ਯਾਰ ਮੇਰੀ ਕਜ਼ਨ ਹੈ ਤੇ 15 ਮਿੰਟ ਕੰਪਨੀ ਦੀ ਮਸ਼ਹੂਰੀ ਵਾਸਤੇ ਤੁਸੀਂ ਮੇਰੇ ਨਾਲ ਨਹੀਂ ਕੱਢ ਸਕਦੇ
ਬਸ ਫਿਰ ਮੈਂ ਤਾਂ ਹਦੇੜਿਆ ਗਿਆ ਨਾ ਨਹੀਂ ਤੁਸੀਂ ਬੈਠ ਕੇ ਮੈਂ ਕਹਿੰਦਾ ਤੂੰ ਗੁਫ਼ਤਗੂ ਹੋ ਜਾ ਉਹਨਾਂ ਨਾਲ ਕਰ ਲਓ ਕਿਹੜਾ ਇਹ ਮੁੰਡੇ ਅੱਲਾ ਜਾਣਦਾ ਪਿੱਛੋਂ ਹੀ ਪਲੱਗ ਛਾਣ ਰਿਹਾ ਜੇ ਤੈਨੂੰ ਪਰਦਾ ਪਾਟ ਚੱਲਾ ਸੀ ਚਲੋ ਕੋਈ ਗੱਲ ਨੀ ਕੋਈ ਪਰਦਾ ਤਾਂ ਪਾਟਣ ਦੇ ਨੱਕ ਦਾ ਕੰਨ ਦਾ ਆਸੀਆ ਨਸਰੀਨ ਤੇ ਕਲਟਸ ਓ ਮਲੰਗੀ ਤੁਸੀਂ ਤੇ ਕਹਿੰਦੇ ਮੁੰਡਾ ਜਾਣਦਾ ਹੀ ਨੀ ਮੈਨੂੰ ਮੈਂ ਕਲਟਸ ਤੇ ਝੂਠਾ ਲਿਆ ਕਲਟਸ ਤੇ ਕਲਟਸ ਤੇ ਝੂਠਾ ਲਿਆ ਕਲਟਸ ਛੱਡ ਜਦੋਂ ਤੂੰ ਬਹਿਣਾ ਮੇਰੇ ਸਲੰਸਰ ਤੇ ਬਹਿਣਾ ਤੁਹਾਨੂੰ ਕਬੂਲ ਹੱਥਾਂ ਚ ਹੱਥ ਪਾਓ ਕੋਈ ਸ਼ਰਤਾਂ ਤੈਅ ਕਰ ਲਓ ਹੱਥਾਂ ਚ ਹੱਥ ਪਾਓ ਅੱਖਾਂ ਚ ਅੱਖਾਂ ਪਾਓ ਪੈਰਾਂ ਚ ਪੈਰ ਪਾਓ ਆ ਜਿਹੜੇ ਪਿੱਛੇ ਮੁੰਡੇ ਖਲੋਤੇ ਇਹਦੇ ਜੇਬ ਵਿੱਚ 500 ਪਾਓ ਉਹ ਮੈਂ ਨੀ ਉਹ 500 ਲੈਣਾ ਮੈਂ 300 ਤੋਂ ਘੱਟ ਨਹੀਂ ਕਰਦਾ ਪੈਸਾ ਲਓ ਜਾਨੂ ਜੀ ਤੁਹਾਡੀ ਮੇਰੀ ਸ਼ਾਦੀ ਹੋ ਗਈ ਤੁਸੀਂ ਮੈਨੂੰ ਪਾਓਗੇ ਕੀ ਜੋ ਸਾਰੇ ਪਾਉਂਦੇ ਮੈਂ ਕੋਈ ਨਵੀਂ ਚੀਜ਼ ਪਾਣੀ ਕਾਕੀ ਅਸੀਂ ਵੀ ਜ਼ੇਵਰ ਹੀ ਪਾਣਾ ਪੂਰਾ ਪੂਰਾ ਸੈੱਟ ਪਾਵਾਂਗੇ ਤੈਨੂੰ ਓ ਜਾਨੂ ਜੀ ਤੁਸੀਂ ਸੈੱਟ ਭਲਾ ਕਿਹੜਾ ਪਾਣਾ ਐਡਾ ਵੱਡਾ ਲੋਕਟ ਹੋਵੇ ਤਾਂ ਕਿ ਮੈਨੂੰ ਪਤਾ ਚੱਲੇ ਕਿ ਤੁਸੀਂ ਮੈਨੂੰ ਪਾਏ ਕਿੱਡਾ ਲੋਕਟ ਐਡਾ ਵੱਡਾ ਇਹਦੇ ਲਈ ਤੈਨੂੰ ਅਬੂ ਜ਼ਬੀ ਜਾਣਾ ਪੈਣਾ ਉੱਥੇ ਜ਼ੇਵਰ ਸਸਤਾ ਹੁੰਦਾ ਔਰ ਪਾਇਦਾਰ ਮਿਲਦਾ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਹੋਣਗੀਆਂ ਕਿੰਨਾ ਮਜ਼ਾ ਆਏਗਾ ਜਾਨੀ ਦੋ ਸੈੱਟ ਲੈਣੇ ਨੇ ਮੈਂ ਦੋ ਸੈੱਟ ਚਾਹੀਦੇ ਨੇ ਇੱਕ ਆਪਣੇ ਅੱਬੇ ਦਾ ਦੇ ਦੇਈ ਯਾਰ ਸਰ ਜੀ ਦਾ ਹਾਂਜੀ ਬਬਲੂ ਜੀ ਕਹਿ ਰਹੇ ਨੇ ਸੋਨੇ ਦਾ ਸੈੱਟ ਪਾਣਾ ਹੈ ਐਡਾ ਲੰਮਾ ਹੋਵੇ ਕਿੱਡਾ ਕੁੜੀਏ ਐਡਾ ਪਾ ਦੇਵਾਂਗੇ ਉਮਰ ਜਦੋਂ ਜ਼ਿਆਦਾ ਹੋ ਜਾਵੇ ਫਿਰ ਸੈੱਟ ਐਡਾ ਹੀ ਹੋ ਜਾਂਦਾ ਹੈ ਸੁਹਾਗਰਾਤ ਹੁੰਦੀ ਹੈ ਪਿਆਰ ਨੂੰ ਵਧੀਆ ਗੱਲਾਂ ਕਰਦੇ ਮੁੰਡਾ ਕੁੰਡੀ ਲਾਉਂਦਾ ਬੱਤੀ ਬੰਦ ਕਰਦਾ ਫਿਰ ਲਾੜਾ ਦੁੱਧ ਪੀਂਦਾ ਲਾੜਾ ਦੁੱਧ ਕਿਉਂ ਪੀਂਦਾ ਜੀ ਉਸ ਰਾਤ ਵੀ ਚਾਹ ਪੀਣੀ ਸਿੱਧਾ ਹੋ ਹਾਂਜੀ ਸਿੱਧਾ ਹੋ ਤੁਸੀਂ ਕਰਨਾ ਜੀ ਆ ਵੇਖੋ ਠੀਕ ਹੈ ਜੀ ਓਏ ਤੂੰ ਲੈ ਰਿਹਾ ਸਾਨੂੰ ਇਹ ਜੀ ਹਾਂ ਜੀ ਤੁਸੀਂ ਹੈ ਕੌਣ ਤਾਰਤ ਕਰਾਓ ਬਦਮਾਸ਼ ਹੈ ਬਦਮਾਸ਼ ਅੱਛਾ ਜੀ ਉਹ ਪੁਲਿਸ ਆ ਗਈ ਨਹੀਂ ਲਿਓ ਬਦਮਾਸ਼ ਸਾਨੂੰ ਇਹ ਦੱਸ ਕੇ ਬਾਹਰ ਵਿਆਹ ਕਿੰਦਾ ਹੋ ਰਿਹਾ ਮੈਨੂੰ ਕੀ ਪਤਾ ਕਿੰਦਾ ਹੋ ਰਿਹਾ ਉਹ ਬੰਦੇ ਦਾ ਨਾਂ ਦੱਸ ਮੈਂ ਉਹਨੂੰ ਗੋਲੀ ਮਾਰਨੀ ਤੇਲ ਲਾ ਕੇ ਕੀ ਲਾ ਕੇ ਤੇਲ ਲਾ ਕੇ ਗੋਲੀ ਮਾਰਨੀ ਆ ਤੇਰਾ ਪਸਤੌਲ ਜੰਗਲ ਹੈ ਬਈ ਤੂੰ ਆਪ ਆਈ ਕਹਾਂ ਸੇ ਸਾਡੇ ਨਾਲ ਵੱਡਾ ਸਾਡਾ ਬਦਮਾਸ਼ ਆਇਆ ਇਸ ਇਲਾਕੇ ਚ ਕਿਹਦੀ ਸ਼ਾਦੀ ਹੋ ਰਹੀ ਆ ਮੈਨੂੰ ਕੀ ਪਤਾ ਕਿਹਦੀ ਹੋ ਰਹੀ ਹੈ
ਓਏ ਤੂੰ ਮੇਰੀਆਂ ਨਕਲਾਂ ਲਾ ਰਿਹਾ। ਮਾਸ਼ਾਅੱਲਾ ਜੀ, ਕੀ ਬਾਤ ਹੈ, ਕੀ ਪਿਆਰੇ ਏਡੇ ਨੇ, ਤਾੜੀ ਮਾਰੋ। ਕੀ ਬਾਤ ਜੀ, ਆਪ ਮਾਸ਼ਾਅੱਲਾ ਇਤਨੇ ਪਿਆਰੇ, ਆਪਕੀ ਕੋ ਖੂਬਸੂਰਤੀ ਕਾ ਰਾਸ। ਆਫ ਕੋਰਸ ਲਕਸ, ਸਾਡੀ ਬਰਬਾਦੀ ਦਾ ਵੀ ਉਹੀ ਏ। ਉਹ ਪਾਪਾ ਨੇ ਫੈਕਟਰੀ ਬਣਾਈ, ਸਾਡੀ ਚੱਲੀ ਨਹੀਂ, ਇਤਨੇ ਪਿਆਰੇ ਆਪ। ਇਹ ਕੀ ਕਰੀਏ, ਤਰਲਾ ਜਾ ਜਾ ਕੇ ਕੋਈ ਦਵਾਈ ਸ਼ਵਾਈ ਖਾ। ਉਹ ਹੁਣ ਡਾਕਟਰ ਕਹਿੰਦਾ ਤੂੰ ਸੈੱਟ ਹੈ, ਬਸ ਤਰਲਾ ਹੀ ਪਾਉਣਾ ਹੈ। ਤੋ ਸਰ ਆਪ ਇਹਦੇ, ਮੈਂ ਬਦਮਾਸ਼ ਆ। ਅੱਛਾ ਜੀ, ਤੇ ਬਦਤਮੀਜ਼ੀ ਨਹੀਂ ਕਰਨੀ ਹੈ, ਵੇਖ ਲੈ ਗਨ ਫੈਰ ਮਾਰ ਦਾਂਗੇ। ਯੇ ਹਾਂ, ਉਹ ਬੱਚੇ ਇਹਨਾਂ ਦੀ ਜਾਨ ਨੂੰ ਰੋ ਰਹੇ ਜਿਨ੍ਹਾਂ ਦੇ ਪਸਤੌਲ ਚੁੱਕੀ ਫਿਰਦੇ ਨੇ। ਪੋਲੀਓ ਦਾ ਟੀਕਾ ਤੇ ਆਪ ਹੀ ਟੁਰ ਪਿਆ। ਘਰ ਦੇ ਪਿੱਛੇ ਜੇ ਸ਼ੀਸ਼ਾ ਲੱਗਾ, ਉਹਨੂੰ ਵੇਖ ਕੇ ਕਹਿੰਦਾ ਆ ਮੇਰੇ ਕੋ ਬੁੱਲ ਚੀਰ ਗਏ। ਹੈ ਤੂੰ ਬਗੈਰਤ, ਮੈਂ ਕਿਹਾ ਤੁਸੀਂ ਕੌਣ ਹੋ? ਆ ਬੱਬਰ ਸ਼ੇਰਨੀ, ਬਦਮਾਸ਼ ਹੁੰਦੇ ਅਸੀਂ। ਬਦਮਾਸ਼? ਆਹੋ ਉਹ ਬਦਮਾਸ਼ਾ ਕੀ ਗੱਲ ਆਏ, ਉਹ ਮੇਰੀ ਇੱਜ਼ਤ ਲੁੱਟ ਲੈ। ਉਹ ਤੇਰੇ ਕੋਲ ਹੈ ਕਿਹੜੀ ਜਿਹੜੀ ਤੇਰੀ ਇੱਜ਼ਤ ਲੁੱਟਾਂ? ਉਹ ਜੋ ਤੇਰੇ ਨਸੀਬ ਦਾ ਤੈਨੂੰ ਲੱਭੇਗਾ। ਜਿਵੇਂ ਸਾਲਨ ਨੀ ਸ਼ਾਪਰ ਚੋਂ ਕੱਢਦੇ। ਬੀਬੀ ਐਂਡ ਕਹਿ ਰਿਹਾ, ਐਂਡ ਬਕਵਾਸ ਬੰਦ ਕਰ, ਤੇਰੇ ਉੱਤੇ ਬਹਿ ਕੇ ਤੇਰੀ ਚੀਖਾਂ ਬਣਾ ਦੇਣਗੇ ਮੈਂ। ਉਹਨੇ ਕਦੀ ਥੱਲੇ ਬਹਿ ਕੇ ਨਹੀਂ ਕਢਾਈਆਂ। ਮੈਂ ਬਦਮਾਸ਼ ਆ, ਬਦਮਾਸ਼ ਤੇਰਾ ਕੁੱਤੇ ਵਾਲਾ ਹਾਲ ਕਰ ਦੇਣਾ। ਉਹ ਕੁੱਤੇ ਵਾਲਾ? ਹਾਂ, ਉਹ ਜਿਹੜਾ ਚੌਂਕ ਚ ਹੁੰਦੇ ਆ ਉਹਦਾ। ਚਾਚਾ ਇਹਨੇ ਤੇ ਹੁਣੇ ਚੱਲ ਜਾਣਾ, ਤੂੰ ਘੁੰਮੇ ਚ ਚਲਾ ਗਿਆ। ਲੋਕਾਂ ਦੀ ਔਲਾਦ ਖਰਾਬ ਹੁੰਦੀ, ਉਹ ਕਿਸੇ ਦਾ ਆਪਾ ਖਰਾਬ ਹੋਇਆ। ਇਹ ਸ਼ੁਕਰ ਕਰੋ ਚਾਚੇ ਨੂੰ ਉਹ ਮੇਰੇ ਭਰਾ ਨੇ ਹਰਾਤਾ, ਨਹੀਂ ਤੇ ਉਹ ਵੇਲੀ ਤੌਰ ਤੇ ਤੁਹਾਨੂੰ ਕਮਰੇ ਚ ਵਾੜ ਕੇ ਕੁੰਡੀ ਵੀ ਲਾਉਣ। ਸਰ ਆਪ ਯਾਰ ਰੁਕੇ, ਕਰ ਸਾਰਿਆਂ ਨੂੰ ਓਏ ਬਾਹਰ ਕੱਢੋ ਸਾਰੇ, ਗੋਲੀਆਂ ਮਾਰ ਦਾਂਗੇ ਤੇ ਇਹਨਾਂ ਨੂੰ। ਚਲੇ ਰਾ।
ਆਰਾਮ ਨਾਲ ਕੀ ਗੱਲ ਓਏ ਓਏ ਅਗੂ ਅੱਗੇ ਅਦਾ ਬਦਤਮੀਜ਼ੀ ਓਏ ਤਮੀਜ਼ ਨਾਲ ਤਮੀਜ਼ ਨਾਲ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਜਾਣਦਾ ਨਹੀਂ ਮੈਨੂੰ ਤੂੰ ਨਹੀਂ ਜੀ ਮੈਂ ਤੇ ਨਹੀਂ ਜਾਣਦਾ ਬਦਮਾਸ਼ ਹੋਨੇ ਅਸੀਂ ਹਾਂਜੀ ਬਦਮਾਸ਼ ਮੈਂ ਨਹੀਂ ਮੰਨਦਾ ਕਿਉਂ ਓਏ ਬਦਮਾਸ਼ ਤਾਂ ਵੇਖੇ ਨੇ ਕਿਲੇ ਬੰਨ ਖੋਲ ਕੇ ਫਿਰਦੇ ਨੇ ਓਏ ਜਾ ਕੰਮ ਕਰ ਇਹਨਾਂ ਦੇ ਇਹਨਾਂ ਦੇ ਸਿਰ ਤੇ ਬਦਮਾਸ਼ੀ ਕਰਦੇ ਪੂਰੇ ਸ਼ਹਿਰ ਚੋਂ ਬੜਕ ਮਸ਼ਹੂਰ ਹੁੰਦੀ ਹੈ ਅੱਛਾ ਜੀ ਬਦਮਾਸ਼ ਸੀਨੇ ਕੋਲ ਮਾਰੋ ਹਾਂ ਬੜਕ ਮਾਰੋ ਹਾਂ ਤੂੰ ਮਾਰ ਮੇਰੇ ਗਨ ਮੈਂ ਬਦਤਮੀਜ਼ੀ ਕੀਤੀ ਹੋ ਭਾਬੀ ਕਿਹੜੀ ਭਾਬੀ ਤੂੰ ਜੀਓ ਹਜ਼ਾਰਾਂ ਸਾਲ ਮੇਰੀ ਭਾਬੀ I am not your bhabhi nahi nahi unna dassya bhabhi ori aaye ne assi badmash aa oye tusi ha main pehli wari koi ladies badmash vekhi hai vekho bagao apni badmashi nahi ho kive badmashi da oye main lasha bicha deyangi iman nal yaar bada maza aayega waise ਮੇਰੇ ਚ ਨਿਕਲ ਕੇ ਕਿਨੂੰ ਬਾਹਰ ਕੱਢੀਏ ਕਿਨੂੰ ਬਾਹਰ ਕੱਢੀਏ ਦੱਸੋ ਉਹ ਵਾਜੇ ਕਿਤੇ ਵੱਜ ਰਹੇ ਨੇ ਵਾਜੇ ਵਾਜੇ ਇਸ ਘਰ ਤੇ ਵਜਾ ਰਹੇ ਅਸੀਂ ਉਹ ਤੇ ਬਬਲੂ ਦੇ ਨੇ ਬਬਲੂ ਪਾਪਾ ਨਹੀਂ ਨਹੀਂ ਬਬਲੂ ਮੇਰਾ ਛੋਟਾ ਭਾਈ ਹੈ ਮੇਰੀ ਗੱਲ ਸੁਣ ਹਾਂਜੀ ਵਾਜੇ ਜਿਹਦੇ ਵੱਜ ਰਹੇ ਨੇ ਉਹਦੇ ਵਾਜੇ ਨਹੀਂ ਵੱਜਣਗੇ ਇੱਥੇ ਵੇਖ ਲੈਣਾ ਵਾਹ ਬਾਅਦ ਵਿੱਚ ਉਹ ਨਾ ਵੀ ਕੋ ਤੇ ਵਾਜੇ ਵੱਜ ਰਹੇ ਹੋਣ ਹਾਂ ਔਰ ਤੁਸੀਂ ਇੱਥੇ ਰਕਸ ਕਰ ਰਹੇ ਹੋ ਮੈਨੂੰ ਤਰਸਾਣਾ ਅੱਗੇ ਪਾਣੀ ਪਾਣੀ ਮੱਝਾਂ ਰੁੜੀਆਂ ਜਾ ਰਹੀਆਂ ਮੰਜੀਆਂ ਰੁੜੀਆਂ ਜਾ ਰਹੀਆਂ ਬੁਰਾ ਪੌਂਕੇ ਦਿਹਾੜੇ ਕੀ ਬਾਤ ਹੈ ਬਾਹਰ ਕਬਰ ਦੇ ਡਿਜ਼ਾਈਨ ਚੈੱਕ ਕਰੋ ਮਿਆਣੀ ਸਾਹਿਬ ਵਿੱਚ ਕਾਰਨਰ ਵਾਲਾ ਪਲਾਟ ਲਿਆ ਨੇ
ਕਹਿੰਦੇ ਨੇ ਬੜਾ ਫਾਇਦਾ ਹੋਏਗਾ, ਬੰਦਾ ਇਧਰੋਂ ਵੀ ਦੁਆ ਕਰ ਲਏਗਾ, ਇਧਰੋਂ ਵੀ ਕਰ ਲਏਗਾ। ਯਾਰ ਕਾਰਨਰ ਵਾਲਾ ਤੁਸੀਂ ਮਰਨਾ ਕਿ ਫਲੂਦਾ ਲਾਉਣਾ ਉਹਦੇ ਹੈ ਬੱਚਾ ਤੇਰੀ ਜਾਨ ਨੂੰ ਰੋਂਡਿਆ ਜਿਹਦੀ ਖੋਲਿਆ ਉਹਦਾ ਵਿਆਹ ਹੈ, ਉਹਨੇ ਵਾਜੇ ਕਿੱਥੇ ਵਜਾਉਣੇ? ਹਲਕੀ ਜੀ ਪੀਪਣੀ ਹੈ ਪੀ। ਓਏ ਮੇਰੇ ਯਾਰ ਘੁੰਮਣੇ ਆ ਕਰਦੀ ਏ। ਬਸ ਓਏ ਮੈਂ ਕਹਿ ਰਿਹਾ ਕਿ ਬਾਜੇ ਵੱਜਣਗੇ। ਓਏ ਬਾਜੇ ਵਜਾ ਓਏ। ਓਏ ਮੈਂ ਛੱਡ ਦਿੱਤੇ ਨੇ ਓਏ। ਅੱਜ ਕਿਤੇ ਕੰਧ ਕੁੰਧ ਤੇ ਵੀ ਚੜੇਗਾ। ਆਪੂ ਜੀ ਅੱਲਾ ਜਾਣਦਾ ਲਾੜੇ ਲੱਗ ਰਿਹਾ। ਪੁੱਤਰ ਮੈਨੂੰ ਲੱਗਦਾ ਮੈਂ ਲਾੜੇ ਲੱਗ ਜਾਣਾ। ਭੋਲਾ ਕਿੱਥੇ ਆਪਣੇ ਮੇਰੇ ਕੋਲ ਇੰਨਾ ਟਾਈਮ ਨੀ, ਨਿਕਾਹ ਬਾਅਦ ਚ ਕਰ ਲੈਣਾ, ਪਹਿਲੇ ਉਧੇੜ ਛੱਡੋ ਫੜ ਕੇ ਬਸ। ਸਬਰ ਸਬਰ ਨੀ ਕਰਨਾ, ਮੈਂ ਤੈਨੂੰ ਕਹਿਤਾ ਨਾ ਜੋ ਮੈਂ ਕਰੀ ਹੋਗਾ। ਸਬਰ ਸਬਰ ਮੇਰੇ ਕੋਲ ਨਹੀਂ, ਮੈਂ ਤੁਹਾਨੂੰ ਕਹਿ ਰਹੀ ਸਬਰ। ਹਲਕਾ ਜਿਹਾ ਕੜਾਕ ਹੋਇਆ ਜੀ। ਅਸਲਾਮ ਅਲੈਕੁਮ ਜੀ। ਚੇਤੀ ਕਰੋ ਚੇਤੀ, ਬਿਸਮਿਲ੍ਲਾ ਕਰੋ ਜੀ, ਜਲਦੀ ਕਰ ਲੋ, ਜਲਦ ਇਹਨੂੰ ਨਾ ਹਟਾ। ਓ ਮੁੰਡਿਓ ਚੇਤੀ ਕਰ, ਜੋ ਕਰਨਾ ਚੇਤੀ ਮਰੇ ਓਏ ਮੇਰਾ ਬੇੜਾ ਕਰ, ਹੱਥ ਉਹਦਾ ਕਰ, ਹੱਥ ਉਹਦਾ ਬੇੜਾ ਕਰ, ਜਲਦੀ ਕਰੋ ਓਏ ਅਬੀ ਓਏ ਕਰੋ, ਖੇਤੀ ਕਰੋ, ਖੇਤੀ ਕਰ ਲਾ, ਤੂੰ ਖੇਤੀ ਕਰ, ਮੈਂ ਨਹੀਂ ਖਾਣੀ।
ਜੀ ਸਾਹਿਬ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕੀ ਸਾਹਿਬ ਜੀ? ਅੱਜ ਜਦੋਂ ਮੇਰਾ ਵਿਆਹ ਕਰਾਉਣ ਲੱਗੇ ਹੋ, ਹਾਂਜੀ, ਇਹ ਪਹਿਲੇ ਰਕਸ਼ਾ ਚਲਾਉਂਦੀ ਸੀ? ਬੱਚਾ ਹਰ ਗੱਲ 'ਤੇ ਕਿੱਕ ਮਾਰਨ ਡਈ, ਖੇਤੀ ਕਰੋ। ਤਲਾਸ਼ੀ ਲਵੋ, ਇਹਨੇ ਪਸਤੌਲ ਲਾਇਆ। ਨਿਕਾਹ ਬਾਅਦ ਚ ਕਰਨਾ। ਹਾਂ, ਆਹ ਮੇਰੀਆਂ ਲੱਤਾਂ ਨੂੰ ਤੇਲ ਲਾ ਕੇ ਨਾ ਤੇ ਇਹਦੇ ਵਿੱਚ ਮਾਰੋ। ਬੱਚਾ ਨਾ ਜ਼ਾਇਆ ਕਰ ਲੈਣਾ, ਆਰਾਮ ਨਾਲ ਗੱਲ ਕਰੋ ਜਿਹੜੀ ਕਰਦੀ। ਇੰਨੇ ਕੁ ਵਜ਼ਨ ਦੀ ਕੋਈ ਹੋਰ ਚੀਜ਼ ਹੈ ਉਹ ਇਹਦੇ ਰੱਖ ਦਿਓ, ਸ਼ਾਇਦ ਤੈਨੂੰ ਸਬਰ ਆ ਜੇ। ਅੰਮੀ ਕਿਹੜਾ ਇਹ ਬਸ ਜੋ ਮੇਰੇ ਨਸੀਬਾਂ ਦਾ ਮੈਨੂੰ ਦੇ ਦੇ। ਆ ਜਿਸ ਤਰ੍ਹਾਂ ਤੂੰ ਲੱਗੀ ਆ, ਤੂੰ ਨਸੀਬ ਆਪਣੇ ਫੇ ਲੈਣੇ ਆ। ਖੇਤੀ ਕਰ ਲਓ, ਖੇਤੀ ਖੇਤੀ ਕਰ ਲੈ ਮਨ ਖੇਤੀ ਹੱਥ ਹੱਥ ਆ ਗਿਆ ਬਾਅਦ ਕਰਨਾ। ਮੇਰੀ ਇੱਕ ਸ਼ਰਤ ਹੈ, ਫਿਰ ਵਿਆਹ ਕਰਾਂਗਾ। ਤੁਸੀਂ ਸ਼ਰਤ ਦੱਸੋ ਬਈ, ਜਦੋਂ ਦੀ ਮੇਰੀ ਸੁਹਾਗ ਰਾਤ ਹੋਵੇ ਮੈਂ ਉਹ ਕਮਰੇ ਚ ਇਕੱਲਾ ਨੀ ਜਾਣਾ। ਮੈਂ ਆਪਣੇ ਨਾਲ ਪੰਜ ਛੇ ਦੋਸਤ ਖੜਦੇ ਨੇ। ਮੈਂ ਕਹਿੰਦੀ ਤੂੰ ਪੰਜ ਛੇ ਦੋਸਤ ਵੀ ਛੱਡ, ਤੂੰ ਉਹ ਬੰਦੇ ਬੁਲਾ ਜਿਹੜੇ ਮੇਰੇ ਤੇ ਖੁਦਕਸ਼ ਹਮਲਾ ਕਰਨ। ਜਲਦੀ ਕਰੋ, ਜੀ
ਜੀ ਤੁਸੀਂ ਆਓ। ਬਸ ਕੋਈ ਸ਼ਰਤ ਕੋਈ ਗੱਲ ਹੈ ਬਸ ਦੱਸ ਦੇ। ਕੁਛ ਨਹੀਂ ਕੁਛ ਨਹੀਂ ਖਾਲਾ। ਸ਼ਰਤ ਯਾਰ ਮੇਰੀ ਇੱਕ ਹੋਰ ਪਾਈ ਜਾਣ। ਕੀ ਸ਼ਰਤ ਹੈ ਜੀ ਯਾਰ? ਆਪਣਾ ਏ ਇੱਕ ਮਿੰਟ ਗੱਲ ਸੁਣ। ਹਾਂ ਕੀ? ਆਪਣਾ ਸ਼ਰਤ ਮੇਰੀ ਇਹ ਪਾਈ ਕਿਉਂ ਨਹੀਂ ਕਰਾਂਦਾ? ਨਿਕਾਹ ਕਿਉਂ ਨਹੀਂ ਕਰਾਂਦਾ? ਲੜਕੀ ਦਾ ਨਾਮ ਦੱਸੋਗੇ ਤੇ ਮੈਂ ਸ਼ੁਰੂ ਕਰਾਂਗਾ ਨਾ। ਮੈਂ ਵੀ ਸ਼ਮੀਮ ਨਾਲ ਹੁੰਦਾ। ਨਹੀਂ ਤੇਰੀ ਭੈਣ ਸ਼ਮੀਮ ਨਾਲ ਹੁੰਦਾ। ਕੀ ਨਾਂ ਹੈ ਜੀ? ਮਹਿਵਿਸ਼ ਆਬਦੋਜ਼। ਸਹੀ ਤਰ੍ਹਾਂ ਨਾਂ ਲਿਖਾਓ, ਸਹੀ ਨਾਂ ਲਿਖਾਓ। ਮਹਿਵਿਸ਼ ਮਾਰੀਆ 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 ਪੰਜ ਛੇ ਵਾਰੀ ਲਿਖਦੇ। ਕਿਉਂ? ਮਾਰੀਆ ਮਾਰੀਆ ਲਿਖ ਛੱਡੀ। ਜਿਹੜਾ ਤੇਰੇ ਸ਼ਨਾਖਤੀ ਕਾਰਡ ਦਾ ਨਾਂ ਲਿਖਿਆ ਨਾ ਉਹ ਨਾਂ ਲਿਖਾ। ਲਿਖੋ ਆਪਣਾ ਸ਼ੁਕਰਾ ਕੋਠੇ ਟੱਪਣੀ। ਜਿਹੜਾ ਮੇਰੇ ਸ਼ਨਾਖਤੀ ਕਾਰਡ ਤੇ ਲਿਖਿਆ? ਹਾਂ। ਈ ਕੂ ਭੋਲਾ ਇਹਨੂੰ ਪਹਿਲੇ ਸੱਤਵਾਂ ਮਹੀਨਾ। ਸੁਣ ਕਰ ਲਈ ਲੱਤ। ਆਪਣਾ ਨਾਂ ਦੱਸੋ। ਨਾਂ ਕੀ ਨਾਂ ਜੀ ਤੁਹਾਡਾ? ਮੈਂ ਲਿਖੋ ਜੀ ਆਪਣਾ ਰਫੀਕ ਮਰਹੂਮ। ਆਪਣਾ ਅਸਲ ਨਾਂ ਦੱਸੋ ਬੀਬੀ। ਨਗੀਨਾ ਕਾਤਲ। ਯਾਰ ਮੇਰੀ ਸੁਆਗਰਾਤ ਹੋਵੇ ਨਾ। ਹਾਂਜੀ। ਤੇ ਮੇਰੀ ਸ਼ਰਤ ਪਾਈ ਜਾਣ। ਕੀ ਜੀ? ਇਹ 1122 ਦੀ ਜਿਹੜੀ ਗੱਡੀ ਹੈ ਨਾ, ਉਹ ਸੁਹਾਗਰਾਤ ਵਾਲੇ ਕਮਰੇ ਦੇ ਬਾਹਰ ਸਟਾਰਟ ਖੜੀ ਰੱਖਣੀ। ਮੈਂ ਜੋ ਤੇਰੀ ਹਾਲਤ ਕਰ ਦੇਣੀ ਤੈਨੂੰ ਉਹਨਾਂ ਨੇ ਵੀ ਨਹੀਂ ਚੱਕਣਾ। ਹਾਂਜੀ ਮੈਨੂੰ ਇਹ ਦੱਸੋ। ਹਾਂਜੀ ਸਿੰਗਲ ਕੰਮ ਚੜਨ ਜਾਨ। ਹਾਂਜੀ ਤੁਸੀਂ ਮੈਨੂੰ ਰੱਖੋਗੇ ਕਿੱਥੇ? ਤੈਨੂੰ ਮੈਂ ਰੱਖਾਂਗਾ ਤੁੰਨ ਕੇ। ਨਹੀਂ ਜਾਨ
ਸਹੀ ਦੱਸੋ ਤੁਸੀਂ ਮੈਨੂੰ ਪਾਓਗੇ ਕੀ? ਜਿੱਡੀ ਤੂੰ ਤਗੜੀ ਤੈਨੂੰ ਮੈਂ ਸੰਗਲ ਹੀ ਪਾਵਾਂਗਾ। ਮੇਰੀ ਛੋਟੀ ਜਿਹੀ ਰਿਕੁਐਸਟ ਹੈ, ਹਾਲਾਂ ਦੀ ਲਿਖੋ 90 ਨੰਬਰ ਆਪਣਾ ਬ੍ਰੈਂਡ ਚਵਲ ਦਿਆ ਬੱਚਿਆ ਤੂੰ 24 ਨੰਬਰ ਦਾ ਕੋਠਾ ਲਿਖੋ। ਹਾਂਜੀ ਸ਼ਰਤਾਂ ਲਿਖਾ ਲਓ ਸ਼ਰਤਾਂ। ਮੇਰੀ ਸ਼ਰਤ ਹੈ, ਹਾਂਜੀ ਮੈਂ ਤੁਹਾਨੂੰ ਸੱਚੀ ਜਿਹੜੀ ਗੱਲ ਦੱਸਦਾ, ਜੋ ਮੇਰਾ ਜੁਮਾ ਹਫ਼ਤਾ ਇਹ ਤੇ ਦਿਨ ਹੋ ਗਏ ਨਾ ਮੇਰੇ, ਹਾਂਜੀ ਇਸ ਤੋਂ ਇਲਾਵਾ ਲਿਖੋ ਵੀ ਦੁੱਲੇ ਦੀ ਛੁੱਟੀ ਕੋਈ ਨਹੀਂ ਹੋਏਗੀ। ਮੇਰੀ ਸ਼ਰਤ ਇਹ ਸਭ ਤੋਂ ਪਹਿਲੀ ਜਿਹੜੀ, ਮੈਂ ਇੱਕ ਲਾਲਚੀ ਔਰਤ ਨੀ, ਆਪਣੀ ਤਮਾਮ ਤਰ ਜਾਇਦਾਦ ਜਿਹੜੀ ਆਪਣੇ ਸਾਰੇ ਬੱਚਿਆਂ ਦੇ ਨਾਲ ਆ ਦੀ, ਮੈਂ ਬਸ ਫਕੀਰ ਫੁਕਰਿਆਂ ਦੀ ਤਰ੍ਹਾਂ ਮੈਨੂੰ ਗੋਸ਼ਤ ਸਬਜ਼ੀ ਦਾਲ ਜੋ ਤੂੰ ਲਿਆ ਕੇ ਦੇਣਾ ਮੈਂ ਪਕਾ ਦੇਣਾ, ਮੈਂ ਆਪਣੇ ਮੂੰਹੋਂ ਨਹੀਂ ਕੱਢਣਾ ਵੀ ਆ ਲਿਆ। ਮੁਬਾਰਕ ਹੋਏ ਜੀ ਆਪਣੇ ਪਿਓ ਨੂੰ ਰੱਸਾ ਪਾ ਲਓ ਜਿੰਨਾ ਕੁ ਮੈਨੂੰ ਤੁਹਾਡੀ ਮਾਂ ਪਿਆਰ ਕਰ ਰਹੀ ਹੋ ਸਕਦਾ ਪੰਦਰਾਂ ਕੁ ਮਿੰਟਾਂ ਬਾਅਦ ਮੇਰੀ ਇੰਨੀ ਕੁ ਤਾਂ ਹੁਣ ਨਜ਼ਰ ਆਵੇ ਚਲੋ ਜ਼ਿੰਦਗੀ ਐਸੀ ਹਸੀਨ। ਜਾਇਦਾਦ ਹਾਸਲ ਕਰ ਲਈ ਇਹ ਢੋਂਗ ਰਚਾਇਆ ਸੀ ਬਾਜੀ, ਬੜੇ ਅਫਸੋਸ ਦੀ ਗੱਲ ਹੈ।
ਕਿ ਮੇਰੇ ਕੋਲ ਜਾਇਦਾਦ ਲੈਣ ਲਈ ਤੁਸੀਂ ਮੇਰੇ ਨਾਲ ਇਹ ਮਜ਼ਾਕ ਕੀਤਾ ਹੈ। ਔਰ ਜਿਹੜੇ ਵਾਲਦੈਨ ਆਪਣੀ ਔਲਾਦ ਦੇ ਨਾਲ ਜਾਇਦਾਦ ਨਹੀਂ ਲੈਂਦੇ, ਸਿਰਫ ਉਹ ਆਪਣੀ ਸਿਕਿਉਰਿਟੀ ਸਮਝ ਕੇ ਨਹੀਂ ਲੈਂਦੇ, ਕਿਉਂਕਿ ਇਹ ਜਿਹੜੀ ਮੁੱਠੀ ਹੈ ਬੁੱਢੇ ਮਾਂ ਪਿਓ ਨੂੰ ਬੰਦ ਰੱਖਣੀ ਚਾਹੀਦੀ ਹੈ। ਮੁੱਠੀ ਬੰਦ ਲਾ ਕੀ ਖੁੱਲ ਗਈ ਤੋਂ ਕਾਹ ਕੀ। ਔਰ ਖਾਨਾ ਖਰਾਬ ਦਿਓ ਪੁੱਤਰੋ, ਤੁਸੀਂ ਆਪਣੀਆਂ ਬੀਵੀਆਂ ਲੈ ਕੇ ਆਪਣੇ ਕਮਰੇ ਚਲ ਜਾਓਗੇ, ਕੱਲ੍ਹ ਤੁਹਾਡੇ ਘਰ ਔਲਾਦ ਹੋਏਗੀ, ਤੁਹਾਨੂੰ ਆਪਣੀ ਅਤੇ ਆਪਣੀ ਔਲਾਦ ਦੀ ਫਿਕਰ ਹੋਏਗੀ। ਕਦੀ ਉਸ ਕਮਰੇ ਜਾ ਕੇ ਆਪਣੇ ਬੁੱਢੇ ਮਾਂ ਪਿਓ ਨੂੰ ਵੇਖੋਗੇ, ਔਰ ਜਿਹਨੇ ਤੁਹਾਨੂੰ ਆਪਣੇ ਸੀਨੇ ਨਾਲ ਲਾ ਕੇ ਪਾਲਿਆ ਉਹਨੂੰ ਵੀ ਕੋਈ ਸਕਿਉਰਿਟੀ ਚਾਹੀਦੀ ਹੈ। ਅਸੀਂ ਜੋ ਰੱਖੀ ਸੀ ਜੇ ਚਾਹੀਦੀ ਤਾਂ ਲੈ ਲਓ। ਸੋਰੀ ਅਗਰ ਤੁਹਾਡਾ ਦਿਲ ਦੁਖਿਆ ਤੇ। ਬਾਕੀ ਰਹਿ ਗਈ ਹੈ ਜ਼ਮੀਨ ਦੀ ਗੱਲ, ਉਹ ਜ਼ਮੀਨ ਇੱਥੇ ਰਹਿ ਗਈ। ਅੱਜ ਤੱਕ ਇਸ ਜ਼ਮੀਨ ਨੂੰ ਕੋਈ ਨਹੀਂ ਖਾ ਸਕਿਆ, ਇਹ ਜ਼ਮੀਨ ਬੜਿਆਂ ਬੜਿਆਂ ਨੂੰ ਖਾ ਗਈ। ਜਾ ਬੁੜਿਆ ਅਗਰ ਜਾਂਦਾ ਤਾਂ ਖਾ ਕੇ ਲੱਗ ਗਿਆ। ਹੈਲੋ, ਉਹ ਸਹੀ ਨਹੀਂ ਸੀ, ਇਹ ਜਾਂਦਾ ਤਾਂ ਸਹੀ ਪੇਪਰ ਨੇ। ਅੱਬੂ ਜੀ ਸਾਨੂੰ ਨਹੀਂ ਚਾਹੀਦੀ ਪ੍ਰਾਪਰਟੀ, ਰੱਖ ਲੈ। ਨਹੀਂ ਸਾਨੂੰ ਨਹੀਂ ਚਾਹੀਦੀ, ਰੱਖ ਲੈ। ਤੁਹਾਨੂੰ ਤੁਹਾਡੀ ਜਾਇਦਾਦ ਮਿਲ ਗਈ ਹੈ ਨਾ, ਤੇ ਤੂੰ ਤਿਆਰ ਹੈ, ਜੇ ਤੇਰੇ ਕੋਲ ਦਿਲ ਦੁਲ ਕਰਦਾ ਤੇ ਤੂੰ ਆ ਜਾ। ਵੈਰੀ ਗੁੱਡ ਬੋਲਿਆ, ਕੰਮ ਹੋ ਗਿਆ। ਥੈਂਕ ਯੂ ਬੋਲੇ। ਭਾਈ ਤੁਸੀਂ ਮੈਨੂੰ ਦਿੱਤਾ 400, ਜੀ ਜੀ, 49,600 ਬਕਾਇਆ, ਉਹ ਦੇ ਦਿਓ, ਨਹੀਂ ਤੇ ਮੈਂ ਤੁਹਾਡਾ ਪਿਓ ਉਧੇੜ ਜਾਣਾ ਜੇ ਮੈਂ ਦੱਸ ਦਿੰਦਾ। ਪੈਸੇ ਪੂਰੇ ਦੇ ਆ, ਹਾਂ ਜਲਦੀ ਕਰੋ। ਚਲੋ ਜਾਓ ਤੁਸੀਂ, ਪੈਸੇ ਤਾਂ ਦੇਖੋ ਬਕਾਉਣੀਆਂ ਸੀ ਤੂੰ ਬੁੱਢੀ ਬਣ ਗਏ ਤੇ ਹੁਣ ਕਿੱਧਰ ਚੱਲੇ? ਜਦ ਤੱਕ ਮੇਰੀ ਸਵਾਗਰਾਤ ਨਹੀਂ ਹੁੰਦੀ ਮੈਂ ਤਾਂ ਨਹੀਂ ਜਾਣਾ। ਓਏ ਆ ਜਾਓ, ਤੁਹਾਡੇ ਚ ਕੋਈ ਹੈ ਤਾਂ ਆ ਜਾ ਕਾਕਾ।